The Lord, hallelujah. So, ਅਸੀਂ ਸਿੱਖ ਰਹੇ ਸੀਗੇ ਕਿ ਬੱਚੇ ਨੂੰ ਉਸ ਰਾਹ ਦੀ ਸਿੱਖਿਆ ਦਿਓ ਜਿਹਦੇ ਉੱਤੇ ਉਹਨੇ ਚੱਲਣਾ, ਹਾਲੇਲੂਇਆ। ਔਰ ਬੜੇ ਵਿਸਾਰ ਦੇ ਨਾਲ ਅਸੀਂ ਸਿੱਖਿਆ ਸੀ ਔਰ ਪਹੁੰਚਦੇ ਸੀਗੇ ਕਿ ਹੋ ਸਕਦਾ ਕਿ ਅਜੇ ਤੱਕ ਵਚਨ ਦਾ ਸਹੀ ਗਿਆਨ ਨਾ ਮਿਲਣ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਉਹ ਰਾਹ ਨਾ ਦੱਸ ਸਕੇ ਹੋਈਏ ਜਿਸ ਉੱਤੇ ਉਸਨੇ ਚੱਲਣਾ ਜਾਂ ਉਹਨੂੰ ਚੱਲਣਾ ਚਾਹੀਦਾ। ਜੇ ਅਸੀਂ ਹੁਣ ਤੱਕ ਇਹ ਨਹੀਂ ਵੀ ਕਰ ਸਕੇ ਤਾਂ ਵੀ ਸਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਜਾਂ ਚਿੰਤਾ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਆ, ਔਰ ਨਾ ਹੀ ਇਸ ਗੱਲ ਦੇ ਕਾਰਨ ਸਾਨੂੰ ਕੋਈ ਸ਼ਰਮਿੰਦਗੀ ਉਠਾਉਣ ਦੀ ਜ਼ਰੂਰਤ ਆ, ਕਿਉਂਕਿ ਵਚਨ ਸਾਨੂੰ ਸ਼ਰਮਿੰਦਾ ਕਰਨ ਲਈ ਨਹੀਂ ਬਲਕਿ ਤਸੱਲੀ ਦੇਣ ਦੇ ਲਈ। ਵਚਨ ਕੀ ਹੈ ਭਲਾ? ਵਚਨ ਬੇਸ਼ੱਕ ਸਾਨੂੰ ਲੱਗੇ ਕਿ ਸਾਡੇ ਉੱਤੇ ਹੀ ਸਿੱਧਾ ਹਮਲਾ ਕਰ ਰਿਹਾ, ਪਰ ਫਿਰ ਵੀ ਉਹ ਕਾਹਦੇ ਲਈ ਹੈ? ਵਚਨ ਦੀ ਤਲਵਾਰ ਜਦੋਂ ਵੀ ਚੱਲੇਗੀ ਉਹ ਸਾਡੀ ਹਮੇਸ਼ਾ ਉੱਨਤੀ ਅਤੇ ਤਰੱਕੀ ਵਾਸਤੇ। ਇਸ ਲਈ ਮੁਬਾਰਕ ਆ ਜ਼ਿੰਦਗੀ ਜਿਹਦੇ ਉੱਤੇ ਵਚਨ ਦੀ ਤਲਵਾਰ ਚੱਲਦੀ ਹੈ, ਕਿਉਂਕਿ ਵਚਨ ਦੇਖਦਾ ਦੱਸਦਾ ਆ ਜਿਹੜੀ ਡਾਲੀ ਫਲ ਦਿੰਦੀ ਹੈ ਬਾਗਵਾਨ ਉਹਨੂੰ ਛਾਂਗਦਾ। ਕੀ ਕਹਿੰਦਾ ਭਲਾ? ਹੁਣ ਛਾਂਗਣ ਦੇ ਲਈ ਹਥਿਆਰ ਤਾਂ ਉਹੀ ਹੈ ਨਾ ਜਿਹੜਾ ਕੱਟਣ ਦੇ ਲਈ ਹੈ, ਪਰ ਉਹ ਛਾਂਗਦਾ ਇਸ ਲਈ ਨਹੀਂ ਹੈ ਵੀ ਉਹ ਆਪਣੀ ਉਹਦੇ ਉੱਤੇ ਕਰੂਰਤਾ ਦਿਖਾ ਰਿਹਾ ਹੈ ਜਾਂ ਉਸ ਡਾਲੀ ਦੇ ਨਾਲ ਬਾਗਬਾਨ ਨੂੰ ਨਫ਼ਰਤ ਹੈ, ਬਲਕਿ ਉਹ ਜਿੰਨਾ ਫਲ ਦੇ ਰਹੀ ਹੈ ਡਾਲੀ ਬਾਗਬਾਨ ਚਾਹੁੰਦਾ ਆ ਉਹ ਹੋਰ ਵੀ ਫਲ ਦੇਵੇ। ਕਿੰਨਾ? ਉਹ ਹੋਰ ਵੀ ਫਲ ਦੇਵੇ। ਹੋ ਸਕਦਾ ਅਜੇ ਤੱਕ ਸਾਡੇ ਵਿੱਚ 5% ਫਲ ਹੋਵੇ ਜਾਂ 10% ਹੋਵੇ ਜਾਂ 15% ਹੋਵੇ ਜਾਂ 20% ਹੋਵੇ ਜਾਂ 30% ਹੋਵੇ, ਜਿੰਨਾ ਵੀ ਹੋਵੇ ਬਾਗਬਾਨ ਇਹ ਚਾਹੁੰਦਾ ਹੈ ਕਿ ਫਲ ਦੇਣ ਯੋਗ ਡਾਲੀ ਹੈਗੀ ਹੈ, ਅਤੇ ਉਹ ਹਥਿਆਰ ਇਸ ਲਈ ਚਲਾਉਂਦਾ ਹੈ ਉਹਦੇ ਉੱਤੇ ਵੀ ਇਹ ਜਿੰਨਾ ਦੇ ਰਹੀ ਆ ਉਸ ਤੋਂ ਜ਼ਿਆਦਾ ਫਲ ਦੇਵੇ। ਇਸ ਲਈ ਸਾਨੂੰ ਇਸ ਚੀਜ਼ ਦੇ ਲਈ ਵੀ ਸ਼ੁਕਰਗੁਜ਼ਾਰ ਹੋਣ ਦੀ ਜ਼ਰੂਰਤ ਆ ਕਿ ਅਗਰ ਵਚਨ ਸਾਡੇ ਉੱਤੇ ਸਾਨੂੰ ਲੱਗੇ ਕਿ ਹਮਲਾ ਕਰ ਰਿਹਾ ਤਾਂ ਉਹ ਵੀ ਸਾਡੇ ਨੁਕਸਾਨ ਦੇ ਲਈ ਨਹੀਂ ਬਲਕਿ ਸਾਡੀ ਮਹਿਮਾ ਦੇ ਲਈ। ਹਾਲੇਲੂਇਆ। ਔਰ ਐਸਾ ਕੋਈ ਵੀ ਵਚਨ ਨਹੀਂ ਹੁੰਦਾ ਜਿਹੜਾ ਸਾਡੇ ਉੱਤੇ ਨਾ ਲੱਗਦਾ ਹੋਵੇ। ਹਾਲੇਲੂਇਆ। ਔਰ ਐਸੀ ਕੋਈ ਜ਼ਿੰਦਗੀ ਵੀ ਨਹੀਂ ਹੁੰਦੀ ਜਿਹਦੇ ਉੱਤੇ ਨਾ ਲੱਗਦਾ ਹੋਵੇ। ਈਵਨ ਇੱਥੋਂ ਤੱਕ ਕਿ ਸੁਣਾਉਣ ਵਾਲੇ ਦੇ ਉੱਤੇ ਵੀ ਵਚਨ ਉਸੇ ਤਰ੍ਹਾਂ ਹੀ ਲੱਗਦਾ ਆ ਜਿਵੇਂ ਬਾਕੀ ਦੂਸਰਿਆਂ ਉੱਤੇ ਵੀ ਲੱਗ ਰਿਹਾ ਹੁੰਦਾ। ਕਿਉਂ? ਕਿਉਂਕਿ ਲਿਖਿਆ ਇਹ ਵਚਨ ਦੋ ਧਾਰੀ ਤਲਵਾਰ ਆ, ਇਹ ਦੋਨੇ ਪਾਸੇ ਇਹ ਦੋਨੇ ਪਾਸੇ ਨਹੀਂ ਵੀ ਇਹ ਸਿੱਧੀ ਅਗਲੇ ਉੱਤੇ ਲੱਗ ਰਹੀ ਹੈ ਅਤੇ ਤੁਸੀਂ ਸੇਫ ਆ। ਇਹ ਜਦੋਂ ਨਿਆਂ ਕਰਦੀ ਹੈ ਤਾਂ ਇਹ ਕਿਸੇ ਦਾ ਪੱਖਪਾਤ ਇਹ ਫਿਰ ਕਿਸੇ ਦਾ ਪੱਖਪਾਤ ਨਹੀਂ ਕਰਦੀ। ਇਸ ਕਰਕੇ ਸਾਨੂੰ ਆਪਣੇ ਆਪ ਨੂੰ ਮੁਬਾਰਕ ਸਮਝਣ ਦੀ ਜ਼ਰੂਰਤ ਹੈ ਜੇ ਸਾਡੇ ਉੱਤੇ ਵਚਨ ਦੀ ਤਲਵਾਰ ਚੱਲੇ। ਜੇ ਵਚਨ ਦਾ ਕੁਹਾੜਾ ਸਾਡੇ ਉੱਤੇ ਚੱਲੇ ਤਾਂ ਸਾਨੂੰ ਕੀ ਸੋਚਣਾ ਚਾਹੀਦਾ? ਅਸੀਂ ਮੁਬਾਰਕ ਹਾਂ ਕਿਉਂਕਿ ਪਰਮੇਸ਼ੁਰ ਸਾਡੇ ਨਾਲ ਕੀ ਕਰਦਾ ਪਿਆ? ਭਲਾ ਪ੍ਰੇਮ ਕਰਦਾ ਹੈ। ਜਿਹੜੀ ਡਾਲੀ ਫਲ ਨਹੀਂ ਦਿੰਦੀ ਉਹਨੂੰ ਛਾਂਗਣ ਛੂੰਗਣ ਦੀ ਜ਼ਰੂਰਤ ਨਹੀਂ ਪੈਂਦੀ, ਉਹ ਤਾਂ ਸਿੱਧਾ ਜੜੇ ਕਰਦਾ। ਕੀ ਕਰਦਾ ਭਲਾ? ਉਹ ਤਾਂ ਜੜੋਂ ਹੀ ਪੁੱਟਦਾ ਆ ਜਿਹੜੇ ਤਾਂ ਉਹਨੂੰ ਪਤਾ ਵੀ ਇਹਨੇ ਕੁਛ ਨਹੀਂ ਦੇਣਾ, ਪਰ ਜਿਹਦੇ ਬਾਰੇ ਨੂੰ ਪਤਾ ਇਹ ਫਲ ਲਿਆ ਸਕਦਾ ਉਹਦੇ ਉੱਤੇ ਪੂਰੀ ਫਿਰ ਮਿਹਨਤ ਕਰਦਾ ਆ। ਸੋ ਵਚਨ ਖੁਦਾ ਦਾ ਹਮੇਸ਼ਾ ਮੁਬਾਰਕ ਸੀ, ਵਚਨ ਖੁਦਾ ਦਾ ਅੱਜ ਵੀ ਮੁਬਾਰਕ ਆ, ਅਤੇ ਵਚਨ ਖੁਦਾ ਦਾ ਹਮੇਸ਼ਾ ਹੀ ਮੁਬਾਰਕ ਰਹੇਗਾ, ਕਿਉਂਕਿ ਇਸ ਵਚਨ ਦੇ ਵਿੱਚ ਜ਼ਿੰਦਗੀ ਹੈ। ਇਸ ਵਚਨ ਦੇ ਵਿੱਚ ਜ਼ਿੰਦਗੀ ਆ, ਔਰ ਇਹ ਵਚਨ ਯਸੂ ਮਸੀਹ ਹੈ। ਸੋ ਉਹ ਜ਼ਿੰਦਗੀ ਜਿਹਦੇ ਲਈ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਰਪਣ ਦਿੱਤਾ ਆ, ਉਹ ਜ਼ਿੰਦਗੀ ਪਰਮੇਸ਼ੁਰ ਨੇ ਸਾਡੇ ਮੁਕਤੀਦਾਤਾ ਪ੍ਰਭੂ ਯਸੂ ਮਸੀਹ ਦੇ ਵਿੱਚ ਰੱਖੀ ਆ। ਸੋ ਜਦੋਂ ਅਸੀਂ ਵਚਨ ਨੂੰ ਸੁਣੀਏ, ਸਮਝ ਲਓ ਅਸੀਂ ਪ੍ਰਭੂ ਯਸੂ ਮਸੀਹ ਨੂੰ ਸੁਣ ਰਹੇ ਹਾਂ, ਅਤੇ ਯਸੂ ਮਸੀਹ ਸਾਡੇ ਨਾਲ ਗੁੱਸੇ ਨਾਲ ਗੱਲ ਕਰੇ, ਯਸੂ ਮਸੀਹ ਸਾਡੇ ਨਾਲ ਪ੍ਰੇਮ ਨਾਲ ਗੱਲ ਕਰੇ, ਯਸੂ ਮਸੀਹ ਸਾਡੇ ਨਾਲ ਗਿਲਾ ਕਰੇ, ਯਸੂ ਮਸੀਹ ਸਾਡੀ ਪ੍ਰਸ਼ੰਸਾ ਕਰੇ। ਅਸੀਂ ਸਿਰ ਝੁਕਾ ਕੇ ਉਸ ਗੱਲ ਨੂੰ ਕੀ ਕਰਨਾ ਭਲਾ? ਕਬੂਲ ਕਰਨਾ। ਹਾਲੇਲੂਇਆ। ਕਿਉਂ? ਕਿਉਂਕਿ ਉਹਨੇ ਹਮੇਸ਼ਾ ਜੋ ਕੁਛ ਕੀਤਾ, ਜੋ ਕੁਛ ਕਰ ਰਿਹਾ ਅਤੇ ਜੋ ਕੁਛ ਕਰੇਗਾ, ਉਹ ਸਭ ਕੁਛ ਸਾਡੀ ਭਲਾਈ ਦੇ ਲਈ ਹੈ, ਕਿਉਂਕਿ ਵਚਨ 'ਚ ਲਿਖਿਆ ਸਾਰੀਆਂ ਗੱਲਾਂ ਮਿਲ ਕੇ ਕੀ ਕਰਦੀਆਂ ਭਲਾ? ਸਾਰੀਆਂ ਗੱਲਾਂ ਮਿਲ ਕੇ ਕੀ ਕਰਦੀਆਂ? ਸਾਰੀਆਂ ਗੱਲਾਂ ਮਿਲ ਕੇ ਸਾਨੂੰ ਜਲੀਲ ਨਹੀਂ ਕਰਦੀਆਂ, ਸਾਰੀਆਂ ਗੱਲਾਂ ਮਿਲ ਕੇ ਸਾਨੂੰ ਸ਼ਰਮਿੰਦਾ ਨਹੀਂ ਕਰਦੀਆਂ,
सारिया गल्ला मिल के सानू किसी अगे छोटा नहीं बना बल्कि की कर दिया सारिया गल्ला मिल के भलियाई पैदा कर दिया। सो असी उन्होंने सारिया गल्ला उत्ते हमेशा ध्यान रखना है क्योंकि सारिया गल्ला कहदे लई है साडी भलाई दे लई है। ये जिहड़ा वचन है ना ये पूरे का पूरा वचन यदि हर एक आयत साडी सिर्फ और सिर्फ कहदे लई है भलाई दे लई। इस गल नूं असीं हमेशा की रखना भला याद रखना। सो इसलिए हो सकता है कि अजे तक असीं वचन अनुसार अपने घर का बंदोबस्त उस तरीके नाल ना किया होवे पर परमेश्वर का वचन दसदा है अज भी मौका हैगा जे असी हुण तक नहीं फैसला लिया तो असी अज फैसला लै सकते हैं। हालेलुया। सो अगे वजदे हैं पंजाबी दी कहावत है जदों जागो उदों ही सवेरा कदों भला भावें तुसी सवेरे चार बजे जागो भावें अठ बजे जागो तो भावें दोपहर नूं दो बजे जागो की है भला जो जिहड़ा जदों जागे उहदे लई उदों ही उहदी सवेर तो उदों ही चढ़ी जदों जाग गया है ना। इसलिए कहावत किसी ने चंगी बनाई है भी जदों जागो उदों ही सवेरा। तो जे असी अज भी जागीए तो समझ लो साडे लई अज ही इसलिए सानू परेशान दी होने दी जरूरत नहीं मैं लेट क्यों जागया हो सकता तू लेट सुता होवें हाँ जी। तो इसलिए ये तो कभी कहना नहीं मैं कि जागया मैं लेट जागया लेट कभी नहीं हुंदा कुछ भी क्यों क्योंकि इसे वचन लिख के दिता हर गल का एक वेला कोई पहला जाग गया कोई बाद जाग गया जिहड़ा जदों जागया उहदे लई उह ही वेला मुबारक है। हालेलुया। पौलुस ने बड़ा अपने दुख बयान किए हैं हर पत्री दे विच ही मैं कलीसिया नूं सताउण वाला सी मैं कलीसिया नूं मारन वाला सी मैं कलीसिया नूं बंदी बनाउण वाला सी मैं कलीसिया ते जुल्म करन वाला सी। वो अपनी हरेक पत्री दे विच अपनियां उणियां उहनां कीतियां होईयां गलतियां नूं दिखाउंदा आ पर वो ये नहीं जाणदा तेरियां इहनां गल्लां नूं जिहनां तों अज गलतियां समझदा ना इहनां ने तैनूं पलूस बनाया हाँ जी तेरियां इहनां गल्लां ने तैनूं संत पलूस बनाया। जे तेरे तनाह होंदी है तो शायद तू संत पलूस भी ना बनता पर उहदी मुबारक गल कि मनदा है जिथे जिथे उहदे कोलो गलती होई है। सो असी भी मनना है साडे कोल जिथे जिथे गलती होई है। तो लिखिया जिहड़ा अपनी गलती नूं मन के उहनूं छड्डण दा फैसला लैंदा परमेश्वर उहदे उत्ते रहम करदा है ते जिहड़ा अपनी गलती नूं छुपाउंदा है ते नहीं मनन दी कोशिश करदा परमेश्वर दा लिखिया वचन दे विच उहदे उत्ते क्रोध आउंदा। सो असी जीवन विच की फैसला लैणा हमेशा जे असी गलत हाँ तो सानू मान लेना चाहिए असी छोटे कदे भी नहीं होंगे तो जे असी ऐसा करते हैं तो परमेश्वर की करता साढ़े उत्ते रहम करता। हाले लोईया। सो ये भी गल असी याद रखी है कि जदों जागो उदों ही उदों सवेरे सर कि असी इस गल कदे परेशान नहीं होना कि मैनू देर ना गल ही समझ आई ये विशा नहीं है। पवित्र वचन भी सानू इस बारे कुछ इस तरह दिलासा दिंदा इब्रानियो 3:15 असी पढ़ांगे इब्रानियों दा खत 3 अध्याय उहदी 15 आयत। सो अगर जल्दी जल्दी किसी नूं मिली तो ठीक है नहीं तो फिर मैं पढ़दा 3:15 जैसा कहा जाता है कि यदि आज तुम उसका शब्द सुनो कदों हाँ जी आज कदों भला आज इहदा मतलब कुछ भी बिगड़िया नहीं है। जे असी कही बहुत देर हो गई है जब बड़ा समा निकल गया साढ़े इतों कुछ भी निकलिया कुछ भी नहीं निकलिया वो ते हर वेले चाहता है भी कदों असी मुड़ी वो ते इंतजार दे विच बैठा है। कई बार असी सुनिया ना जाड़ू पुत्र दी ते वो इंतजार च बैठा भी आवे सही मैं ते गल दे नाल लाउणा ही लाउणा है मैं उहनूं इह नहीं करदा भी तू ते सब कुछ उजाड़ के चला गया सी हुण किहड़ा मूंह लैके आया गिला नहीं करना मैं उन्हें यह भी नहीं कहना तू तो अपने हिस्से का लै गया हूँ की लैना आ ये भी नहीं करना बल्कि जो आ जाऊगा वो जशन किया जाऊगा उन्होंने एहसास भी नहीं होने दिता जाऊगा भी तू की कुछ गलत कर चुका है बस एक बार आ जाए तो वचन के लिखता जैसा लिखा है यदि आज तुम उसका शब्द सुनो तो अपने मनों को कठोर कोई गल नहीं जो पिछले समय के कठोर रखिया मन न तो कोई गल नहीं पर वचन के दसदा अज भी सुनो तो जे पहला कर लिया तो कोई गल नहीं पर अज फैसला करो कि अज नहीं करना की लिखा वचन दे विच यदि आज तुम उसका शब्द सुनो तो अपने मनों को कठोर ना करो जैसा कि क्रोध दिलाने के समय किया था। हुण परमेश्वर याद भी दिलाउंदा उन्हां नूं
ਵੀ ਜਿਹਨਾਂ ਨੇ ਫਿਰ ਆਪਣੇ ਮਨ ਨੂੰ ਕਠੋਰ ਕੀਤਾ ਸੀ ਤੇ ਠਾਣ ਲਿਆ ਵੀ ਅਸੀਂ ਸੁਣਨੇ ਨਹੀਂ, ਫਿਰ ਉਹਨਾਂ ਦਾ ਮੈਂ ਹਾਸ਼ਰ ਕੀ ਕੀਤਾ ਸੀ। ਤੇ ਮੈਂ ਨਹੀਂ ਚਾਹੁੰਦਾ ਤੁਹਾਡੇ ਨਾਲ ਉਹ ਕੁਛ ਹੋਵੇ, ਤੇ ਤੁਹਾਨੂੰ ਮੈਂ ਖੁੱਲ੍ਹੀ ਇੱਕ ਆਪਸ਼ਨ ਤੁਹਾਡੇ ਅੱਗੇ ਰੱਖਦਾ ਹਾਂ ਵੀ ਜੇ ਤੁਸੀਂ ਅੱਜ ਵੀ ਸੁਣੋ ਤਾਂ ਆਪਣੇ ਮਨਾਂ ਨੂੰ ਕਠੋਰ, ਤੇ ਜੇ ਤੁਸੀਂ ਕਠੋਰ ਨਹੀਂ ਕਰੋਗੇ ਤੇ ਇਹ ਵਚਨ ਤੁਹਾਡੇ ਜੀਵਨ ਵਿੱਚ ਕੀ ਕਰੂਗਾ ਭਲਾ, ਕੰਮ ਕਰੂਗਾ। ਹਾਲੇਲੂਯਾ। ਸੋ ਐਸੀਆਂ ਗੱਲਾਂ ਦੇ ਨਾਲ ਅਸੀਂ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਸ਼ਿਕਸ਼ਾ ਦਿੰਦੇ ਹੋਏ ਅੱਗੇ ਵਧਣ ਦੀ ਪ੍ਰੇਰਨਾ ਦੇਣੀ ਹੈ। ਕੀ ਦੇਣੀ ਭਲਾ? ਪ੍ਰੇਰਨਾ। ਕਈਆਂ ਦਾ ਵਿਚਾਰਿਆਂ ਦਾ ਪ੍ਰੇਰਨਾ ਦੇਣ ਦਾ ਢੰਗ ਵੀ ਨਿਰਾਲਾ ਹੁੰਦਾ, ਕਈ ਵਾਰੀ ਤਾਂ ਅਸੀਂ ਜਲੀਲ ਹੀ ਕਰੀ ਜਾਂਦੇ ਨਾ ਅਗਲੇ ਨੂੰ, ਅਤੇ ਉਹ ਫਿਰ ਅਗਲਾ ਵੀ ਇਹ ਫੈਸਲਾ ਕਰ ਲੈਂਦਾ ਵੀ ਹੋਣਾ ਤਾਂ ਮੈਂ ਜਲੀਲ ਹੀ ਹਾਂ, ਹੈ ਨਾ, ਅਤੇ ਫਿਰ ਇਹਨੂੰ ਕਰ ਹੀ ਲੈਣ ਦਿਓ ਜੋ ਕਰਦਾ। ਅਤੇ ਪ੍ਰੇਰਨਾ ਕਾਹਦੇ ਲਈ ਹੁੰਦੀ ਹੈ? ਪ੍ਰੇਰਨਾ ਜ਼ਲੀਲ ਕਰਨ ਦੇ ਲਈ ਨਹੀਂ, ਪ੍ਰੇਰਨਾ ਉਤਸ਼ਾਹਿਤ ਕਰਨ ਦੇ ਲਈ ਹੁੰਦੀ ਹੈ। ਕਾਹਦੇ ਲਈ ਪ੍ਰੇਰਨਾ? ਕਾਹਦੇ ਲਈ ਹੈ? ਉਤਸ਼ਾਹਿਤ ਕਰਨ ਦੇ ਲਈ। ਕਦੇ ਵੀ ਕਿਸੇ ਨੂੰ ਨਾ ਇਹ ਕਹੋ ਵੀ ਤੇਰੇ ਕੋਲ ਨਹੀਂ ਹੋਣਾ। ਜ਼ਿੰਦਗੀ ਵਿੱਚ ਇੱਕ ਗੱਲ ਨੂੰ ਪੱਲੇ ਮੰਨ ਲਓ ਔਰ ਬੱਚਿਆਂ ਨੂੰ ਇਸ ਗੱਲ ਨੂੰ ਸਿਖਾਓ, ਕਦੇ ਵੀ ਕਿਸੇ ਨੂੰ ਇਹ ਨਾ ਕਹੋ ਇਹ ਤੇਰੇ ਕੋਲੋਂ ਨਹੀਂ ਹੋਣਾ, ਬਲਕਿ ਕੀ ਕਹੋ ਤੂੰ 100% ਇਹ ਕਰ ਸਕਦਾ। ਕੀ ਕਰੇਗਾ ਬੋਲਾ? ਤੂੰ ਕਰ ਸਕਦਾ ਹੈ। ਤੁਸੀਂ ਦੇਖੋ ਨੇ ਕਈ ਵਾਰੀ ਮੈਚ ਚੱਲਦੇ ਨਾ, ਉਹ 'ਚ ਜਦੋਂ ਫਿਰ ਦੋ ਭਰਵਾਨ ਲੜਦੇ ਆ ਜਾਂ ਬੋਕਸਿੰਗ ਖੇਡਦੇ ਆ ਕੁਛ ਵੀ ਕਰਦੇ ਨਾ, ਅਤੇ ਪਿੱਛੋਂ ਲੋਕ ਹੱਲਾਸ਼ੇਰੀ ਦਿੰਦੇ ਆ। ਕੀ ਦਿੰਦੇ ਭਲਾ? ਹੱਲਾਸ਼ੇਰੀ ਦਿੰਦੇ, ਚੱਕਦੇ ਪੱਟੇ, ਦੇਖੀ ਜਾਓ ਹੁਣ ਪਿੱਛੇ ਨਾ ਹੱਟੀ, ਹੈ ਨਾ, ਕਿੰਨਾ ਕੁਛ ਕਰਦੇ, ਅਤੇ ਉਹ ਵਿਚਾਰਾ ਡਿੱਗਦਾ ਡਿੱਗਦਾ ਉਹਦੇ 'ਚ ਫਿਰ ਕੀ ਆ ਜਾਂਦਾ? ਭਲਾ ਇੱਕ ਜੋਸ਼ ਆ ਜਾਂਦਾ ਵੀ ਬੜੇ ਲੋਕਾਂ ਦੇ ਪਿੱਛੇ ਕੀ ਹੈ, ਮੇਰੇ ਉੱਤੇ ਇੱਕ ਉਮੀਦ ਬਣੀ ਹੋਈ ਹੈ, ਅਤੇ ਉਹ ਲੋਕਾਂ ਦੀ ਉਮੀਦ ਉਹਦੇ ਵਿੱਚ ਫਿਰ ਇੱਕ ਨਵੇਂ ਜੋਸ਼ ਨੂੰ ਲੈ ਆਉਂਦੀ, ਅਤੇ ਕਈ ਵਾਰੀ ਹਾਰਦਾ ਹਾਰਦਾ ਜਿੱਤ ਜਾਂਦਾ। ਅਤੇ ਜੇ ਪੁੱਛੋਗੇ ਤੇਰੇ ਕੋਲ ਕੁਛ ਨਹੀਂ ਹੋਣਾ, ਤੈਨੂੰ ਪਹਿਲਾਂ ਕਿਹਾ ਸੀ ਨਾ ਜਾ ਖਾੜੇ ਦੇ ਵਿੱਚ, ਸਾਨੂੰ ਪਤਾ ਸੀ ਤੂੰ ਜੁੱਤੀਆਂ ਹੀ ਖਾਣੀਆਂ, ਹੈ ਨਾ, ਅਤੇ ਫਿਰ ਉਹਨੇ ਕਹਿਣਾ ਜਿੱਤ ਜੁੱਤ ਕੇ ਵੀ ਦੇਣਾ ਅਤੇ ਕਰਨ ਰੱਖਣਾ ਮੈਨੂੰ ਜ਼ਰੂਰੀ ਹੈ, ਅਤੇ ਫਿਰ ਹੁਣ ਐਵੇਂ ਟਾਈਮ ਵੀ ਕੱਲ੍ਹ ਹੀ ਕਰਨਾ ਖਰਾਬ, ਅਤੇ ਹੁਣ ਚੁੱਪ ਕਰਕੇ ਹਾਰ ਮੰਨੋ ਅਤੇ ਨਿਕਲਾ ਬਾਹਰ ਨੂੰ ਨੀਵੇਂ ਜਾਓ, ਕਿ ਨਾ ਹੌਸਲਾ। ਸੋ ਵਚਨ ਦੀਆਂ ਗੱਲਾਂ ਜਦੋਂ ਵੀ ਸਾਂਝੀਆਂ ਕਰੋ ਤਾਂ ਕੀ ਕਰੋ ਭਲਾ? ਇੱਕ ਦੂਜੇ ਨੂੰ ਹੌਸਲਾ ਦੇਣਾ ਹੈ, ਨਾ ਕਿ ਉਹਦੇ ਹੌਸਲੇ ਨੂੰ ਪਸਤ ਕਰਨਾ ਹੈ। ਵਚਨ ਇਸ ਚੀਜ਼ ਦੀ ਸਾਨੂੰ ਕੀ ਦਿੰਦਾ ਭਲਾ? ਪ੍ਰੇਰਨਾ ਦਿੰਦਾ ਹੈ। ਸੋ ਇੱਕ ਗੱਲ ਅਸੀਂ ਚੇਤੇ ਰੱਖਣੀ ਹੈ, ਖੁਦਾ ਨੇ ਤਾਂ ਕਹਿ ਦਿੱਤਾ, ਪ੍ਰੋਮਿਸ ਹੈ ਖੁਦਾ ਦਾ, ਬੰਦਾ ਨਹੀਂ ਬੋਲ ਰਿਹਾ। ਜਦੋਂ ਅਸੀਂ ਵਚਨ ਦੀ ਗੱਲ ਕਰਦੇ ਹਾਂ, ਵਚਨ ਨੂੰ ਪੜ੍ਹਦੇ ਹਾਂ, ਵਚਨ ਦਾ ਵੇਰਵਾ ਦਿੰਦੇ ਹਾਂ, ਅਤੇ ਉਦੋਂ ਜਦੋਂ ਵਚਨ ਨੂੰ ਪੜ੍ਹਿਆ ਜਾਂਦਾ ਨਾ, ਅਤੇ ਉਸ ਸਮੇਂ ਕੌਣ ਗੱਲ ਕਰਦਾ ਭਲਾ? ਵਚਨ ਖੁਦਾ ਆ, ਅਤੇ ਖੁਦਾ ਗੱਲ ਕਰਦਾ ਹੈ, ਅਤੇ ਖੁਦਾ ਅੱਜ ਸਾਨੂੰ ਕਹਿ ਰਿਹਾ ਆ, ਅੱਜ ਜੇ ਤੁਸੀਂ ਉਹਦਾ ਸ਼ਬਦ ਸੁਣੋ ਅਤੇ ਆਪਣੇ ਮਨਾਂ ਨੂੰ ਕਠੋਰ, ਇਹ ਮੈਂ ਨਹੀਂ ਕਹਿ ਰਿਹਾ, ਇਹ ਕੌਣ ਕਹਿ ਰਿਹਾ ਭਲਾ? ਇਹ ਤਾਂ ਪਰਮੇ ਪੜ੍ਹਾਇਆ, ਇਸੇ ਕਰਕੇ ਨਾ ਵੀ ਤੁਸੀਂ ਵਚਨ 'ਚ ਪੜ੍ਹੋ। ਮੈਂ ਉੱਦਾਂ ਵੀ ਕਹਿ ਸਕਦਾ ਸੀ ਵਚਨ 'ਚ ਲਿਖਿਆ, ਹੈ ਨਾ, ਅਤੇ ਪੜ੍ਹਾਉਣ ਦਾ ਮਤਲਬ ਭਲਾ ਕੀ ਹੈ? ਵੀ ਸਾਨੂੰ ਪਤਾ ਲੱਗ ਜਾਵੇ ਕੌਣ ਗੱਲ ਕਰ ਰਿਹਾ, ਇਹ ਪਰਮੇਸ਼ੁਰ ਸਾਨੂੰ ਕਹਿ ਰਿਹਾ ਆ, ਕਹਿ ਮੇਰੇ ਮੂੰਹ ਦੇ ਦੁਆਰਾ ਰਿਹਾ, ਭਾਵੇਂ ਆਵਾਜ਼ ਤੁਸੀਂ ਮੇਰੀ ਸੁਣ ਰਹੇ, ਪਰ ਕਹਿ ਕੌਣ ਰਿਹਾ? ਪਰਮੇਸ਼ੁਰ ਕਹਿ ਰਿਹਾ ਜੇ ਅੱਜ ਤੁਸੀਂ ਮੇਰੀ ਆਵਾਜ਼ ਨੂੰ ਸੁਣੋ ਤਾਂ ਆਪਣੇ ਮਨਾਂ ਨੂੰ ਕਠੋਰ, ਮਨਾਂ ਨੂੰ ਕਠੋਰ ਨਾ ਕਰੋ। ਅੱਜ ਫਿਰ ਫੈਸਲਾ ਅਸੀਂ ਕੀ ਲਈਏ? ਵੀ ਅਸੀਂ ਆਪਣੇ ਮਨ ਨੂੰ ਉਹਦੇ ਅੱਗੇ ਉਂਡੇਲ ਦੇਣਾ ਹੈ। ਟੁੱਟੇ ਮਨਾਂ ਵਾਲਿਆਂ ਦੇ ਉੱਤੇ ਉਹ ਕੀ ਕਰਦਾ ਭਲਾ? ਦਇਆ ਕਰਦਾ। ਲਿਖਿਆ ਨਾ ਪਤਰਸ ਨੇ ਜਦੋਂ ਸਭ ਕੁਛ ਬਿਆਨ ਕਰ ਦਿੱਤਾ ਨਾ, ਤੇ ਉਹਨਾਂ ਦੇ ਦਿਲ ਟੁੱਟ ਗਏ ਤੇ ਚੀਖ ਉੱਠੇ, ਕਹਿੰਦੇ ਹੇ ਭਾਈਓ ਸਾਨੂੰ ਦੱਸੋ ਅਸੀਂ ਕੀ ਕਰੀਏ। ਕੀ ਕਿਹਾ ਉਹਨਾਂ ਨੇ ਭਲਾ? ਤੇ ਅਸੀਂ ਕਹਿੰਦੇ ਨੀ, ਅਸੀਂ ਕਹਿੰਦੇ ਤੁਸੀਂ ਜੋ ਮਰਜ਼ੀ ਕਰੋ, ਸਾਡਾ ਦਿਲ ਟੁੱਟੂਗਾ ਤਾਂ ਹੀ ਹੈ ਨਾ। ਪਹਿਲੀ ਗੱਲ ਤਾਂ ਅਸੀਂ ਇਹਨਾਂ ਪੱਥਰ ਦਾ ਕੀਤਾ ਹੈ, ਜਲਦੀ ਕਿਤੇ ਟੁੱਟਣ ਵਾਲਾ ਇਹ ਟੁੱਟਣ ਵਾਲੇ, ਅਤੇ ਜਿੰਨੇ ਮਰਜ਼ੀ ਤੁਹਾਡੇ ਮਾਰ ਲਓ ਇਹ ਟਸ ਤੋਂ ਮਸ ਹੋਣਾ ਹੋਣਾ ਨਹੀਂ ਹੈ, ਇਸ ਕਰਕੇ ਅਸੀਂ ਵੀ ਮੰਨਣਾ ਨਹੀਂ ਹੈ। ਤੁਸੀਂ ਵੀ ਠਾਣੇ ਹੋਇਆ ਵੀ ਤੁਸੀਂ ਦੱਸਣਾ ਦੱਸਣਾ, ਤਾਂ ਅਸੀਂ ਵੀ ਠਾਣੇ ਹੋਇਆ, ਅਸੀਂ ਸੁਣਨਾ ਸੁਣਨਾ ਨਹੀਂ। ਉਹਨਾਂ ਦੇ ਦਿਲ ਟੁੱਟੇ ਕਿਉਂਕਿ ਉਹਨਾਂ ਨੇ ਜੋ ਪਤਰਸ ਨੇ ਕਿਹਾ ਨਾ, ਉਹਨਾਂ ਨੇ ਉਹਨੂੰ ਪੂਰਾ ਫਿਰ ਧਿਆਨ ਲਾ ਕੇ ਸੁਣ ਲਿਆ, ਅਤੇ ਦਿਲ ਕਿਹੜਾ ਟੁੱਟਦਾ ਭਲਾ? ਜਿਹੜਾ ਧਿਆਨ ਲਾ ਕੇ ਸੁਣੂਗਾ। ਬੱਚਾ ਉਹੀ ਜ਼ਿੰਦਗੀ 'ਚ ਕਾਮਯਾਬ ਹੁੰਦਾ ਆ ਜਿਹੜਾ ਮਾਂ ਬਾਪ ਦੀ ਗੱਲ ਨੂੰ ਧਿਆਨ ਦੇ ਨਾਲ ਕੀ ਕਰਦਾ ਭਲਾ? ਅਤੇ ਉਹ ਬੱਚੇ ਕਦੇ ਕਾਮਯਾਬ ਨਹੀਂ ਹੋਣਗੇ, ਕੰਧ ਦੀਆਂ ਕੀ ਕਹਿੰਦੇ ਘਰ ਦੀਆਂ ਕੰਧਾਂ 'ਤੇ ਲਿਖ ਲਓ ਭਾਵੇਂ, ਉਹ ਬੱਚੇ ਕਦੇ ਨਹੀਂ ਕਾਮਯਾਬ ਹੋਣਗੇ ਜਿਹੜੇ ਮਾਂ ਬਾਪ ਦੀ ਗੱਲ ਨੂੰ ਸੁਣ ਕੇ ਅਣਸੁਣਾ ਕਰਦੇ ਆ। ਗਰੰਟੀ ਆ ਕਾਮਯਾਬੀ ਨੂੰ। ਅਸੀਂ ਕਦੇ ਇੱਦਾਂ ਨਾ ਦੇਖੀਏ ਕਿ ਸਾਡੇ ਕੋਲ ਪੈਸਾ ਆ ਗਿਆ ਤਾਂ ਅਸੀਂ ਖਰੇ ਕਾਮਯਾਬ ਹਾਂ। ਇਹ ਗੱਲ ਨੂੰ ਜ਼ਿੰਦਗੀ ਦੇ ਵਿੱਚ ਅਸੀਂ ਕੀ ਕਹਿਣਾ ਭਲਾ? ਇਹ ਤਾਂ ਕਾਂਟਾ ਮਾਰਦੀ ਹੈ,
ਵੀ ਸਾਡੇ ਕੋਲ ਬੇ ਇੰਤਹਾ ਪੈਸਾ ਆ ਗਿਆ, ਅਸੀਂ ਕੋਠੀਆਂ ਕਾਰਾਂ ਬੰਗਲੇ ਖਰੀਦ ਲਏ ਆ ਤੇ ਖਰੇ ਅਸੀਂ ਕਾਮਯਾਬ, ਇਹਨੂੰ ਕਾਮਯਾਬੀ ਨਹੀਂ ਕਿਹਾ ਜਾਂਦੀ। ਇਹਦੇ ਬਾਰੇ ਤੇ ਸਾਡੀ ਇੱਕ ਪੰਜਾਬੀ ਦੀ ਕਹਾਵਤ ਆ ਵੀ ਪੈਸਾ ਤੇ ਕੰਜਰਾਂ ਦੇ ਕੋਲ ਵੀ ਬਥੇਰਾ ਹੁੰਦਾ, ਠੀਕ ਕਹਿੰਦੇ ਭਲਾ, ਪਰ ਇੱਜ਼ਤ ਨਹੀਂ ਹੁੰਦੀ। ਇਹ ਤਾਂ ਫਿਰ ਕੀ ਹਿਸਾਬ ਲਵਾਂਗੇ ਵੀ ਪੈਸੇ ਦੀ ਨਹੀਂ ਗੱਲ, ਕਾਮਯਾਬੀ ਦਾ ਮਤਲਬ ਤੁਸੀਂ ਬਹੁਤ ਬੇ ਇੰਤਹਾ ਪੈਸਾ ਕਮਾ ਲਿਆ, ਇਹਨੂੰ ਕਾਮਯਾਬੀ ਨਹੀਂ ਅਸੀਂ ਮੰਨ ਸਕਦੇ। ਇਹ ਚੀਜ਼ ਕਾਮਯਾਬੀ, ਇਹ ਕਾਮਯਾਬੀ ਨਹੀਂ ਗੀ। ਕਾਮਯਾਬੀ ਉਹ ਆ ਜਿਹਦੇ ਵਿੱਚ ਤੁਹਾਡੇ ਸਮਾਜ ਦੇ ਵਿੱਚ ਇੱਕ ਇੱਜ਼ਤ ਬਣੇ। ਇੱਕ ਇੱਜ਼ਤ ਏਦਾਂ ਵੀ ਮਿਲਦੀ ਹੈ ਜਿਹਦੇ ਕੋਲ ਪੈਸਾ ਹੁੰਦਾ ਉਹਦੀ ਵੀ ਸਾਰੇ ਇੱਜ਼ਤ ਕਰਦੇ ਆ, ਪਰ ਉਹ ਇਨਸਾਨ ਦੀ ਇੱਜ਼ਤ ਨਹੀਂ ਹੁੰਦੀ, ਉਹਦੇ ਪੱਲੇ ਕੁਛ ਹੈਗਾ ਆ ਤੇ ਲੋਕਾਂ ਨੂੰ ਉਹਦੇ ਤੱਕ ਜ਼ਰੂਰਤ ਆ ਤਾਂ ਕਰਕੇ ਉਹਦੀ ਇੱਜ਼ਤ ਆ। ਉਹਦੀ ਜੈ ਹਜ਼ੂਰੀ ਕਾਹਦੇ ਲਈ ਹੈ ਭਲਾ, ਲੋਕਾਂ ਨੂੰ ਹੈਗਾ ਵੀ ਸਾਡੀ ਇਹ ਕੁਛ ਜ਼ਰੂਰਤ ਪੂਰੀ ਕਰ ਸਕਦਾ, ਇਹਦੇ ਤੋਂ ਕੋਈ ਮਤਲਬ ਕੱਢਿਆ ਜਾ ਸਕਦਾ। ਜਿੱਦਣ ਉਹ ਨੰਗ ਹੋ ਗਿਆ ਤੇ ਉਦਣ ਉਹਨੂੰ ਪੁੱਛਣਾ ਕਿਸੇ ਨੇ, ਉਦਣ ਕੋਈ ਨਹੀਂ ਪੁੱਛਦਾ। ਮੈਂ ਹੈਰਾਨ ਆ ਇਸ ਚੀਜ਼ ਤੋਂ ਕਿ ਫਿਲਮ ਇੰਡਸਟਰੀ ਦੇ ਵਿੱਚ ਜਿਹਨਾਂ ਲੋਕਾਂ ਨੂੰ ਅਸੀਂ ਇੰਨੀ ਸ਼ਾਨੋ ਸ਼ੌਕਤ ਦੀ ਜ਼ਿੰਦਗੀ ਜੀਂਦਿਆਂ ਦੇਖਿਆ, ਉਹਨਾਂ ਦਾ ਮੈਂ ਹੁਣ ਇਤਿਹਾਸ ਕੱਢਿਆ ਤੇ ਪਤਾ ਲੱਗਿਆ ਵੀ 100 ਪਿੱਛੇ 80 ਹੀਰੋ ਹੀਰੋ ਇਹਨਾਂ ਦਾ ਉਹ ਅੰਤ ਹੋਇਆ ਆ। ਉਹਦੇ ਬਾਰੇ ਜਦੋਂ ਜਾਣਕਾਰੀ ਮਿਲਦੀ ਨਾ ਤੇ ਬੰਦੇ ਦੀ ਰੂਹ ਕੰਬ ਉੱਠਦੀ ਆ ਵੀ ਕਿਸੇ ਸਮੇਂ ਦੇ ਉੱਤੇ ਨੱਕ ਦੇ ਉੱਤੇ ਮੱਖੀ ਨਹੀਂ ਸੀ ਬਹਿਣ ਦਿੰਦੀ, ਔਰ ਅੰਤ ਉਹਨਾਂ ਦਾ ਐਸਾ ਹੋਇਆ ਵੀ ਮਤਲਬ ਬੰਦੇ ਦੀਆਂ ਅੱਖਾਂ ਭਰ ਆਉਂਦੀਆਂ। ਪਿੱਛੇ ਜਿਹੇ ਇੱਕ ਪ੍ਰੋਗਰਾਮ 'ਚ ਆਇਆ, ਉਹਨੇ ਪ੍ਰੇਮ ਦੇ ਉੱਤੇ ਗਾਣੇ ਗਾਏ ਹੋਏ ਆ, ਇੱਕ ਪਿਆਰ ਕਾ ਨਗਮਾ ਹੈ ਮੌਜੋਂ ਕੀ ਰਵਾਨੀ ਉਹਨੇ ਲਿਖੇ ਹੋਏ, ਜਿਹੜਾ ਆਨੰਦ ਕਰਕੇ ਆ ਮੇਰਾ ਖਿਆਲ ਸੁਰੇਸ਼ ਆਨੰਦ ਸਮਥਿੰਗ ਕੁਛ ਐਸਾ ਨਾਮ ਆ। ਉਹ ਬੰਦੇ ਨੂੰ ਲੈ ਕੇ ਆਉਂਦਾ ਤੇ ਉਹ ਬੰਦੇ ਦਾ ਹਸ਼ਰ ਦੇਖ ਕੇ ਨਾ, ਮਤਲਬ ਕਿਸੇ ਟਾਈਮ ਉਹ ਇੰਡਸਟਰੀ ਦੇ ਵਿੱਚ ਬਾਦਸ਼ਾਹ ਸੀ, ਉਹਦੇ ਗਾਣਿਆਂ ਦੇ ਉੱਤੇ ਮਤਲਬ ਫਿਲਮ ਚੱਲ ਜਾਂਦੀ ਸੀ ਤੇ ਉਹ ਬੰਦੇ ਨੂੰ ਪੈਰਾਲਾਈਜ਼ ਹੋ ਗਿਆ, ਸੁੱਕਣਾ ਸੁੱਕ ਕੇ ਮੁੰਡਾ ਉਹਨੇ ਮੰਗਿਆ ਸੀਗਾ। ਉਸ ਮੁੰਡੇ ਨੂੰ ਬੜੀ ਜ਼ਬਰਦਸਤ ਪਰ ਵਿੱਚ ਪਾ ਲਿਆ, ਉਹਦੇ ਉੱਤੇ ਕੋਈ ਕਰੋੜਾਂ ਰੁਪਏ ਦਾ ਕਪੜਾ ਲੱਗ ਗਿਆ। ਉਹਨੇ ਆਪਣੇ ਆਪ ਨੂੰ, ਆਪਣੀ ਪਤਨੀ ਨੂੰ ਤੇ ਇੱਕ ਏਡੇ ਕੁ ਬੱਚੇ ਨੂੰ ਲੈ ਕੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਤਿੰਨੇ ਮਰ ਗਏ। ਆਈ ਥਿੰਕ ਮੇਰਾ ਬੱਚਾ ਸ਼ਾਇਦ ਉਹ ਡਿੱਗੇ ਪਾਪਾ ਦੇ, ਬੱਚਾ ਬਚ ਗਿਆ, ਉਹ ਦੋਨੇ ਤੀਵੇਂ ਆਦਮੀ ਮਰ ਗਏ। ਉਹਨੂੰ ਪੈਰਾਲਾਈਜ਼ ਹੋ ਗਿਆ, ਪੈਰਾਲਾਈਜ਼ ਪਾਏ ਉਹਨੂੰ ਲੈ ਕੇ ਆਉਂਦਾ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ। ਤੋ ਦੱਸਦਾ ਕਿਸੇ ਟਾਈਮ ਮੇਰੀ ਕਿੱਡੀ ਸ਼ਾਨੋ ਸ਼ੌਕਤ ਸੀਗੀ। ਇਹ ਇੱਕ ਮਿਸਾਲ ਨਹੀਂ ਗੀ, ਪ੍ਰਵੀਨ ਬੋਬੀ ਜਿਹੜੀ ਕਿਸੇ ਦਾ ਕਿਤੇ ਨਾਮ ਸੀਗਾ, ਉਹਦੀ ਲਾਸ਼ ਪਈ ਰਹੀ ਤੇ ਕੀੜੇ ਪੈ ਗਏ ਤੇ ਜਦੋਂ ਬਦਬੂ ਬਾਕੀ ਕਮਰਿਆਂ ਤੱਕ ਪਹੁੰਚੀ, ਲੋਕਾਂ ਦੇ ਰੂਮਾਂ ਤੱਕ, ਤੇ ਫਿਰ ਪਤਾ ਲੱਗਾ ਪ੍ਰਵੀਨ ਬੋਬੀ ਨਿਕਲ ਗਈ ਸੰਸਾਰ ਤੋਂ। ਕਈ ਭੀਖ ਮੰਗੇ ਹੋ ਗਏ, ਕਈਆਂ ਨੂੰ ਪੁੱਛਣ ਵਾਲਾ ਕੋਈ ਨਹੀਂ। ਸੋ ਇਹ ਤੋਂ ਭਾਵ ਕਿ ਸਾਡੇ ਸਾਹਮਣੇ ਇਹ ਸਾਰੀਆਂ ਸਿੱਖਿਆਵਾਂ ਕਾਹਦੇ ਲਈ ਆਉਂਦੀਆਂ ਭਲਾ? ਕਾਮਯਾਬੀ ਇਸ ਚੀਜ਼ ਨੂੰ ਅਸੀਂ ਕਦੇ ਨਹੀਂ ਸਮਝ ਸਕਦੇ ਕਿ ਸਾਡੇ ਕੋਲ ਪੈਸਾ ਬਹੁਤ ਆ ਗਿਆ ਤੇ ਅਸੀਂ ਕੀ ਹਾਂ ਭਲਾ, ਕਾਮਯਾਬ। ਇਹ ਕੁਛ ਨਹੀਂ ਗਾ, ਕਿਉਂਕਿ ਜੇ ਇਹਨਾਂ ਵੱਲ ਦੇਖੀਏ ਤੇ ਇਹਨਾਂ ਕੋਲ ਪੈਸਾ ਬੇਸ਼ੁਮਾਰ ਸੀਗਾ, ਲੇਕਿਨ ਇਹਨਾਂ ਦੇ ਕੋਲ ਉਹ ਸਮਝ ਨਹੀਂ ਸੀ ਜਿਹਦੇ ਨਾਲ ਇਹਨਾਂ ਨੂੰ ਪਰਮੇਸ਼ੁਰ ਦੇ ਰਾਹ ਦੇ ਉੱਤੇ ਚੱਲਣਾ ਚਾਹੀਦਾ ਸੀ। ਸੋ ਅਸੀਂ ਕੀ ਮੁੱਖ ਰੱਖਣਾ ਆ ਸਾਡੇ ਮਸੀਹਾਂ ਦੇ ਵਿੱਚ? ਮੁੱਖ ਗੱਲ ਇਹ ਹੈ ਵੀ ਸਾਡੇ ਪਰਿਵਾਰ ਦੇ ਅੰਦਰ ਪਰਮੇਸ਼ੁਰ ਦਾ ਸਭ ਤੋਂ ਪਹਿਲਾਂ ਭੈ ਬਣਿਆ ਰਹਿਣਾ ਚਾਹੀਦਾ। ਅਸੀਂ ਕੋਈ ਵੀ ਕੰਮ ਕਰੀਏ, ਕੁਛ ਵੀ ਕਰੀਏ, ਸਭ ਤੋਂ ਪਹਿਲੀ ਮਹਿਮਾ ਕਿਹਨੂੰ ਦੇਈਏ? ਪਰਮੇਸ਼ੁਰ। ਕਦੇ ਅਸੀਂ ਇਹ ਆਪਣੇ ਮਨ ਦੇ ਵਿੱਚ ਇਹ ਖਿਆਲ ਨਾ ਲਿਆਏ, ਇਹਨੂੰ ਮੈਂ ਆਪਣੀ ਤਾਕਤ ਦੇ ਉੱਤੇ, ਆਪਣੇ ਬਲ ਦੇ ਉੱਤੇ ਬਣਾਇਆ, ਔਰ ਇਹ ਬੱਚਿਆਂ ਨੂੰ ਸਿੱਖਿਆ ਦੇਣਾ ਸਾਡਾ ਬਣਦਾ ਆ। ਬਾਦਸ਼ਾਹ ਨਬੂਕਦਨਸਰ ਦੀ ਜਦੋਂ ਬਾਦਸ਼ਾਹੀ ਸੀ ਨਾ, ਅਤੇ ਉਸ ਤੋਂ ਵੱਡਾ ਬਾਦਸ਼ਾਹ ਦੁਨੀਆਂ ਵਿੱਚ ਉਸ ਸਮੇਂ 'ਚ ਫਿਰ ਕੋਈ ਨਹੀਂ ਸੀ। ਅਤੇ ਮੈਂ ਤਾਂ ਖੜ੍ਹੇ ਹੋ ਕੇ ਸਾਰੇ ਪਾਸੇ ਦੇਖ ਕੇ ਕਹਿੰਦਾ ਨਾ, ਕਹਿੰਦਾ ਮੈਂ ਸਾਰਾ ਕੁਛ ਆਪਣੇ ਬਲ ਦੇ ਉੱਤੇ, ਆਪਣੀ ਤਾਕਤ ਦੇ ਨਾਲ, ਆਪਣੀ ਸਮਝ ਦੇ ਨਾਲ, ਆਪਣੀ ਅਕਲ ਦੇ ਨਾਲ, ਆਪਣੇ ਜ਼ੋਰ ਦੇ ਨਾਲ ਬਣਾਇਆ ਆ। ਅਤੇ ਕੀ ਹਸ਼ਰ ਹੋਇਆ, ਇਹੋ ਜਿਹਾ ਇਨਸਾਨ ਦੁਨੀਆਂ ਆਪਣੇ, ਜ਼ਿਆਦਾਤਰ ਲੋਕਾਂ ਨੇ ਤਾਂ ਇਸ ਬਾਰੇ ਨਹੀਂ ਨਾ ਪਤਾ, ਆਪਾਂ ਮਸੀਹੀ ਲੋਕਾਂ ਨੂੰ ਜਾਂ ਯਹੂਦੀ ਲੋਕਾਂ ਨੂੰ ਜਾਂ ਮੁਸਲਮਾਨਾਂ ਨੂੰ ਇਸ ਚੀਜ਼ ਬਾਰੇ ਕੀ ਹੈ ਭਲਾ ਪਤਾ ਆ ਵੀ ਉਸ ਬਾਦਸ਼ਾਹ ਨਬੂਕਦਨਸਰ ਦੇ ਨਾਲ ਜੋ ਕੁਛ ਹੋਇਆ, ਉਹ ਤੋਂ ਇੱਕੋ ਸਿੱਖਿਆ ਮਿਲਦੀ ਹੈ ਵੀ ਪਰਮੇਸ਼ੁਰ ਇਨਸਾਨ ਦੇ ਘਮੰਡ ਨੂੰ ਚਖਣਾ ਚੂਰ ਕਿੱਦਾਂ ਕਰ ਸਕਦਾ, ਕੈਸਾ ਉਹਦਾ ਜੀਵਨ ਹੋਊਗਾ ਜਿਹੜਾ ਬੰਦਾ 7 ਸਾਲ ਇੱਕ ਖੇਤ ਦੇ ਵਿੱਚ ਜਾਨਵਰ ਦੀ ਤਰ੍ਹਾਂ ਬੰਨਿਆ ਗਿਆ। ਹਾਂਜੀ, ਔਰ ਉਹਦਾ ਸਰੀਰ ਦੀ ਬਣਤਰ ਵੀ ਕਿੱਦਾਂ ਦੀ ਹੋ ਗਈ, ਕੁਬੜਾ ਹੋ ਗਿਆ ਸੀ, ਤੇ ਕੁਬੜਾ ਹੋ ਕੇ ਜਦੋਂ ਕੋਈ ਉਹਨੂੰ ਦੇਖਦਾ ਸੀ ਨਾ, ਇੱਦਾਂ ਹੀ ਲੱਗਦਾ ਸੀ ਜਿੱਦਾਂ ਕੋਈ ਜਾਨਵਰ ਹੀ ਹੈ। ਉਹਦੇ ਸਰੀਰ ਦੇ ਉੱਤੇ ਜਾਤੀ ਜਤ ਹੋ ਗਈ ਸੀ, ਵਾਲ ਹੀ ਵਾਲ ਜਾਨਵਰ ਵਾਂਗ। ਇੱਕ ਬਾਦਸ਼ਾਹ 7 ਸਾਲਾਂ ਤੱਕ ਇੱਕ ਜਾਨਵਰ ਦੀ ਤਰ੍ਹਾਂ ਘਾਹ ਖਾਂਦਾ ਹੈ,
ਉਹਦੇ ਉੱਤੇ ਬਾਰਿਸ਼ ਪੈਂਦੀ ਆ, ਉਹਦੇ ਉੱਤੇ ਤਰੇਲ ਪੈਂਦੀ ਆ, ਉਹਦੇ ਉੱਤੇ ਧੁੱਪ ਪੈਂਦੀ, ਉਹਦੇ ਉੱਤੇ ਗਰਮੀ ਲੰਘਦੀ, ਉਹਦੇ ਉੱਤੇ ਸਰਦੀ ਲੰਘਦੀ ਆ। ਅਤੇ ਇਹ ਸਭ ਕੁਛ ਪਰਮੇਸ਼ੁਰ ਉਹਦੇ ਜੀਵਨ 'ਚ ਦੱਸ ਕੇ ਅਤੇ ਅੱਗਿਓਂ ਮੈਸੇਜ ਹੀ ਭਲਾ ਮਿਲਦਾ ਆ ਹਰ ਦੁਨੀਆਂ ਦੇ ਇਨਸਾਨ ਨੂੰ। ਇਹ ਖਬਰ ਹੋ ਜਾਏ, ਸਰਦਾਰੀ ਅਗਰ ਕਰਦਾ ਆ ਤਾਂ ਉਹ ਸਿਰਫ ਯਹੋਵਾ ਪਰਮੇਸ਼ੁਰ ਕਰ ਸਕਦਾ। ਕੀ ਕਰਦਾ ਹੈ? ਸਰਦਾਰੀ ਅਗਰ ਕਰਦਾ ਹੈ ਤਾਂ ਕੌਣ ਕਰਦਾ? ਸਿਰਫ ਔਰ ਸਿਰਫ ਪਰਮੇਸ਼ੁਰ ਕਰਦਾ ਆ, ਹੋਰ ਦੂਸਰਾ ਕੋਈ ਨਹੀਂ ਕਰਦਾ। ਅਤੇ ਫਿਰ ਕੀ ਲਿਖਿਆ? ਔਰ ਜਿਹਨੂੰ ਚਾਹੁੰਦਾ ਆ ਫਿਰ ਉਹਨੂੰ ਸਰਦਾਰੀ ਦਿੰਦਾ ਆ। ਅਤੇ ਜਦੋਂ ਸਰਦਾਰੀ ਦਿੰਦਾ ਉਹ, ਅਤੇ ਫਿਰ ਉਹਦਾ ਘਮੰਡ ਕਰ। ਹਾਂਜੀ, ਮੰਨ ਲਓ ਤੁਸੀਂ ਮੈਨੂੰ ਆਹ ਫੋਨ ਦਿੱਤਾ ਹੋਵੇ, ਅਤੇ ਦਿੱਤਾ ਤੁਸੀਂ ਆ, ਅਤੇ ਇਹਦਾ ਮੇਰਾ ਕਾਹਦਾ ਘਮੰਡ ਆ? ਤੁਸੀਂ ਜਦੋਂ ਮਰਜ਼ੀ ਵਾਪਸ ਲੈ ਸਕਦੇ ਆ, ਹੈ ਨਾ। ਜਿਹਦੀ ਚੀਜ਼ ਆ, ਜਿਹਦੀ ਇਮਾਨਤ ਆ, ਉਹ ਜਦੋਂ ਮੈਂ ਅੱਜ ਬਲਦੇਵ ਦੇ ਨਾਲ ਬਲਦੇਵ ਰੱਖ ਲਾ, ਠੀਕ ਹੈ, ਜਿੰਨੀ ਦੇਰ ਤੈਨੂੰ ਜ਼ਰੂਰਤ ਹੋਊਗੀ ਤਾਂ ਠੀਕ ਆ, ਪਰ ਹੈਗਾ ਹੱਕ ਤਾਂ ਕਿਹਦਾ? ਜਿੱਦਣ ਮੇਰਾ ਮਨ ਕੀਤਾ ਮੈਂ ਬਲਦੇਵ ਮੇਰਾ ਫੋਨ ਵਾਪਸ ਕਰ ਵੀ। ਸੋ ਜਦੋਂ ਸਾਡੇ ਕੋਲ ਜੋ ਕੁਛ ਵੀ ਹੈਗਾ, ਜਦੋਂ ਦਿੱਤਾ ਪਰਮੇਸ਼ੁਰ ਦਾ ਆ, ਤਾਂ ਫਿਰ ਸਾਨੂੰ ਕਦੇ ਆਪਣੇ ਜੀਵਨ ਦੇ ਵਿੱਚ ਇਸ ਚੀਜ਼ ਦੇ ਵਿੱਚ ਘਮੰਡ ਲਿਆਉਣ ਦੀ ਜ਼ਰੂਰਤ ਨਹੀਂ ਕਿ ਇਹ ਕਿਹਨੇ ਕੀਤਾ। ਭਲਾ ਇਨਸਾਨ ਦੀ ਬਰਬਾਦੀ ਦਾ ਕਾਰਨ, ਉਹਦੇ ਡਿੱਗਣ ਦਾ ਕਾਰਨ, ਉਹਦੇ ਬਰਬਾਦ ਹੋਣ ਦਾ ਕਾਰਨ, ਉਹਦੇ ਨਾਸ਼ ਹੋਣ ਦਾ ਕਾਰਨ, ਸਭ ਤੋਂ ਵੱਡੀ ਵਜ੍ਹਾ ਕੀ ਹੈ? ਜਦੋਂ ਉਹਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ, ਮੈਂ ਕੀਤਾ। ਕਈ ਵਾਰੀ ਕਈ ਵਾਰ ਇਹ ਵੀ ਘਮੰਡ ਹੁੰਦਾ, ਮੇਰੇ ਬੱਚਿਆਂ ਵਰਗੇ ਕਿਸੇ ਦੇ ਬੱਚੇ ਨਹੀਂ ਹੋ ਸਕਦੇ। ਬੜੇ ਬੜੇ ਲੋਕਾਂ ਕੋਲ ਮੈਂ ਇਹ ਵੀ ਉਹਨਾਂ ਦੇ ਮੂੰਹ ਸੁਣਿਆ, ਨਾ ਜੀ ਸਾਡੇ ਬੱਚਿਆਂ ਦਾ ਮੁਕਾਬਲਾ ਕੋਈ, ਸਾਡੇ ਬੱਚਿਆਂ ਦਾ ਕਦੇ ਕੋਈ ਬੱਚਾ ਹੋ ਹੀ ਨਹੀਂ ਸਕਦਾ। ਬਾਅਦ ਵਿੱਚ ਇੱਕ ਸਮਾਂ ਇੱਦਾਂ ਦਾ ਹੁੰਦਾ, ਉਹ ਐਡੇ ਕੁ ਬਦਕਾਰ ਨਿਕਲਦੇ ਆ, ਫਿਰ ਉੱਥੋਂ ਇੱਥੋਂ ਤੱਕ ਕਹਿਣਾ ਪੈ ਜਾਂਦਾ ਇਹਦੇ ਨਾਲੋਂ ਤਾਂ ਇਹ ਪੈਦਾ ਹੀ ਨਾ ਹੁੰਦਾ ਤਾਂ ਚੰਗਾ ਸੀ। ਅਤੇ ਕਈਆਂ ਦੇ ਇੱਦਾਂ ਦੇ ਹੁੰਦੇ ਆ ਵੀ ਉਹ ਸੋਚੀਦਾ ਵੀ ਇਹ ਕਰਨਗੇ ਕੀ, ਉਹ ਗਾਂਹ ਜਾ ਕੇ ਐਸੇ ਫਨਕਾਰ ਨਿਕਲਦੇ ਆ ਵੀ ਲੋਕਾਂ ਦੇ ਵਿੱਚ ਇੱਕ ਮਿਸਾਲ ਬਣ ਜਾਂਦੇ। ਮੇਰੇ ਲਈ ਮੇਰੇ ਇਲਾਕੇ ਦੇ ਬਜ਼ੁਰਗਾਂ ਦਾ ਇਹੀ ਹੁੰਦਾ ਸੀ, ਕਹਿੰਦੇ ਇਹਦਾ ਬਣੂਗਾ ਕੀ। ਜਦੋਂ ਮੈਂ 14-15 ਸਾਲ ਦਾ ਸੀ, ਮਹਾਂ ਬਦਤਮੀਜ਼ ਸੀਗਾ, ਅਤੇ ਕਹਿੰਦੇ ਨੇ ਇਹਦਾ ਬਣੂਗਾ ਕੀ, ਇਹ ਤਾਂ ਖਾਨਦਾਨ ਨੂੰ ਲੈ ਡੁੱਬੂਗਾ ਬੰਦਾ, ਇਹਦਾ ਕੁਛ ਵੀ ਹੋ ਸਕਦਾ, ਕੁਛ ਵੀ ਹੋ ਸਕਦਾ ਨੇ। ਜਿਹੜੀਆਂ ਕੁਛ ਉੱਚ ਜਾਤੀਆਂ ਦੇ ਸਾਡੇ ਯਾਰ ਦੋਸਤ ਹੁੰਦੇ, ਉਹਨਾਂ ਦੇ ਘਰ ਦੇ ਵੀ ਉਹਨਾਂ ਨੂੰ ਕਹਿੰਦੇ ਹੁੰਦੇ ਵੀ ਥੋੜ੍ਹਾ ਜਿਹਾ ਇਹਨਾਂ ਤੋਂ ਪਰੇ ਰਹੋ, ਅਕਲ ਮੌਤ ਹੈ ਨਹੀਂ ਗੀ ਇਹਨਾਂ ਨੂੰ, ਅਤੇ ਐਵੇਂ ਤੁਸੀਂ ਵੀ ਇਹਨਾਂ ਵਰਗੇ ਨਾ ਹੋ ਜਾਇਓ। ਉਹੋ ਜਿਹੜੇ ਇਹ ਕਹਿੰਦੇ ਸੀ ਨਾ, ਉਹੋ ਹੀ ਬਾਅਦ 'ਚ ਅੱਗੇ ਬੈਠ ਕੇ ਸਾਨੂੰ ਕਹਿੰਦੇ ਹੁੰਦੇ, ਗਿਰ ਸਾਹਿਬ ਇੱਕ ਕੰਮ ਪੈ ਗਿਆ ਅਤੇ ਬਸ ਤੁਸੀਂ ਕਰ ਸਕਦੇ। ਹਾਂਜੀ, ਸੋ ਜੇ ਉਦੋਂ ਦਾ ਮਾਹੌਲ ਦੇਖਿਆ ਤਾਂ ਉਦੋਂ ਕੀ ਸੀਗਾ ਭਲਾ ਉਹਨਾਂ ਦੇ ਮਨ 'ਚ? ਕੀ ਸੀਗਾ? ਇਹ ਕੁਛ ਇਹ ਲੈਟ ਬੁੱਕ ਆ, ਕਰਤਾਰ ਸਿੰਘ ਦਾ ਨਾਂ ਇਹਨਾਂ ਦਾ ਮਿੱਟੀ ਵਿੱਚ ਮਿਲਾ ਹੋਊਗਾ। ਅਤੇ ਇੱਕ ਸਮਾਂ ਐਸਾ ਆਇਆ ਸੀ, ਸਾਡਾ ਤਾਇਆ ਕਹਿੰਦਾ ਹੁੰਦਾ ਸੀਗਾ ਵੀ ਜਿੱਧਰ ਜਾਈਦਾ ਲੋਕ ਕਹਿੰਦੇ ਕਾਸ਼ ਕਿਤੇ ਸਾਡੇ ਵੀ ਅਖਬਾਰ ਵਰਗਾ ਇੱਕ ਹੁੰਦਾ। ਹਾਂਜੀ, ਲੇਕਿਨ ਇਹ ਘਮੰਡ ਨਹੀਂ। ਕਈ ਵਾਰੀ ਲੋਕਾਂ ਦੀਆਂ ਇਹ ਗੱਲਾਂ ਤੁਹਾਡੇ ਅੰਦਰ ਜੋਸ਼ ਲੈ ਆਉਂਦੀਆਂ, ਅਤੇ ਮੈਂ ਕਹਿੰਦਾ ਹੁੰਦਾ ਅਗਰ ਕੋਈ ਤੁਹਾਨੂੰ ਜਲੀਲ ਕਰਦਾ ਤਾਂ ਉਹਦੇ ਨਾਲ ਕਦੀ ਨਫ਼ਰਤ ਨਾ ਕਰੋ। ਅਗਰ ਤੁਹਾਨੂੰ ਕੋਈ ਜਲੀਲ ਕਰਦਾ ਨਾ, ਉਹਦੇ ਨਾਲ ਕਦੇ ਨਫ਼ਰਤ ਨਾ ਕਰੋ। ਜਿਹੜਾ ਤੁਹਾਨੂੰ ਜਲੀਲ ਕਰਦਾ ਅਸਲ ਵਿੱਚ ਤੁਹਾਡਾ ਉਹ ਹਮਦਰਦ ਹੈ। ਜਿਹੜਾ ਤੁਹਾਨੂੰ ਜਲੀਲ ਕਰਦਾ ਅਸਲ ਦੇ ਵਿੱਚ ਉਹ ਤੁਹਾਡਾ ਕੀ ਹੈ ਭਲਾ? ਹਮਦਰਦ ਆ। ਕਿਉਂਕਿ ਕਈ ਵਾਰੀ ਜ਼ਲਾਲਤ ਹੀ ਸਾਡੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਬਣਦੀ। ਕੀ ਬਣਦੀ ਭਲਾ? ਸਾਡੇ ਫਾਦਰ ਸਾਹਿਬ ਨੂੰ ਕਿਹਾ ਸੀ ਸਾਡੇ ਇਲਾਕੇ ਦੇ ਹੋਣਹਾਰ ਕੌਂਸਲਰ ਸਾਹਿਬ ਨੇ, ਕਹਿੰਦਾ ਕਰਤਾਰ ਸਿੰਘ ਤੁਹਾਡੇ ਲੋਕਾਂ ਨੂੰ ਅਕਲ ਨਹੀਂ ਹੁੰਦੀ, ਉਹ ਅਗਰ ਉਹ ਗੱਲ ਨਾ ਕਹਿੰਦਾ ਤਾਂ ਮੈਂ ਜਲੰਧਰ ਉੱਤੇ ਰਾਜ ਨਾ ਕਰਦਾ। ਅਤੇ ਹੁਣ ਮੈਂ ਉਹਨੂੰ ਨਫ਼ਰਤ ਕਰਾਂ ਕਿ ਇਹ ਕਹਾਂ ਵੀ ਉਹਦੀ ਗੱਲ ਚੰਗੀ ਸੀ? ਉਹਨੇ ਫਾਦਰ ਸਾਹਿਬ ਨੂੰ ਕਿਹਾ, ਕਹਿੰਦੇ ਕਰਤਾਰ ਸਿੰਘ ਤੁਹਾਡੇ ਲੋਕਾਂ ਨੂੰ ਕੀ ਨਹੀਂ ਹੁੰਦੀ ਭਲਾ? ਅਕਲ ਇਹਦੇ ਪਾਪਾ ਹੀ ਹੁੰਦੇ। ਮੈਂ ਹੱਥ ਫੜਿਆ, ਮੈਂ ਕਿਹਾ ਪਾਪਾ ਜੀ ਉੱਠੋ ਚੱਲੀਏ। ਅਤੇ ਫਿਰ ਮੈਂ ਉਹਦੀ ਕੋਠੀ ਖੜ੍ਹੇ ਹੋ ਕੇ ਕਿਹਾ ਸੀ, ਮੈਂ ਕਿਹਾ ਤੁਸੀਂ ਬਿਲਕੁਲ ਸਹੀ ਫਰਮਾਇਆ, ਸਾਡੇ ਲੋਕਾਂ ਨੂੰ ਅਕਲ ਨਹੀਂ ਹੁੰਦੀ। ਅਤੇ ਨਾਲ ਹੀ ਪਾਪਾ ਜੀ ਬੋਲ ਪਏ, ਕਹਿੰਦੇ ਵੀ ਗੱਲ ਤੁਹਾਡੀ ਸਰਦਾਰ ਜੀ ਸਹੀ ਹੈ, ਜੇ ਸਾਨੂੰ ਅਕਲ ਹੁੰਦੀ ਫਿਰ ਕੌਂਸਲਰ ਤੁਹਾਨੂੰ ਨਾ ਬਣਾਉਂਦੇ। ਹਾਂਜੀ, ਜੇ ਸਾਨੂੰ ਅਕਲ ਹੁੰਦੀ ਤਾਂ ਕੌਂਸਲਰ ਤੁਹਾਨੂੰ ਨਾ ਬਣਾਉਂਦੇ। ਅਤੇ ਅਗਲਾ ਸ਼ਬਦ ਮੈਂ ਕਿਹਾ ਸੀ, ਮੈਂ ਕਿਹਾ ਅੱਜ ਤੋਂ ਤੁਹਾਡੀ ਉਲਟੀ ਗਿਣਤੀ ਜੀ ਸ਼ੁਰੂ ਆ। ਅੱਜ ਤੋਂ ਬਾਅਦ ਜਦੋਂ ਤੁਸੀਂ ਸੋਇਆ ਕਰੋਗੇ, ਉੱਠਿਆ ਕਰੋਗੇ ਨਾ, ਅਤੇ ਖੁਆਬਾਂ ਦੇ ਵਿੱਚ ਵੀ ਇਕਬਾਲ ਗਿੱਲ ਹੀ ਆਇਆ ਕਰੋ।
ਤੇ ਉਹ ਦਿਨ ਤੋਂ ਬਾਅਦ ਫਿਰ ਮੈਂ ਉਸ ਬੰਦੇ ਨੂੰ ਚੈਨ ਦੇ ਨਾਲ ਨਹੀਂ ਰਹਿਣ ਦਿੱਤਾ, ਉਹ ਤਾਂ ਆਖਿਰਕਾਰ ਸੰਸਾਰ ਤੋਂ ਚਲਾ ਗਿਆ। ਲੇਕਿਨ ਗੱਲ ਕੀ ਹੈ, ਅਗਰ ਉਹ ਇਹ ਸ਼ਬਦ ਉਹ ਦਿਨ ਨਾ ਕਹਿੰਦਾ ਤੇ ਅਸੀਂ ਇਸ ਪਾਸੇ ਕਦੇ ਆਉਣਾ ਵੀ, ਤੇ ਅਸੀਂ ਅੱਜ ਵੀ ਦਿਹਾੜੀਦਾਰ ਜੇ ਹੋਣਾ ਸੀ ਉੱਥੇ ਕਾਂਡੀ ਤੇ, ਅਸੀਂ ਚੱਕ ਕੇ ਕਿਸੇ ਦੇ ਕੰਧ ਕੁੰਧ ਬਣਾਉਣ ਜਾਂਦੇ ਹੋਣਾ ਸੀਗਾ। ਉਹਦੀ ਉਸ ਗੱਲ ਨੇ ਸਾਨੂੰ ਸ਼ਹਿਰ ਦੇ ਵਿੱਚ ਰਾਜ ਕਰਨ ਵਾਲੇ ਬਣਾ ਦਿੱਤਾ। ਕਈ ਵਾਰੀ ਕਿਸੇ ਦੀ ਕੀਤੀ ਜਲਾਲਤ ਵੀ ਸਾਡੇ ਲਈ ਬਰਕਤ ਹੈ। ਕਿ ਸਾਡੇ ਫੌਜੀ ਸਾਹਿਬ ਹੁੰਦੇ ਸੀਗੇ, ਉਹ ਕਹਿੰਦੇ ਹੁੰਦੇ, ਕਹਿੰਦਾ ਇਹ ਮੁੰਡਾ ਆਪਣੇ ਮੁੰਡਿਆਂ ਕਹਿੰਦਾ, ਕਹਿੰਦਾ ਇਹਦਾ ਬਿਲਕੁਲ ਨਾ ਮਿਲਾ ਜੁਲਿਆ ਕਰੋ, ਇਹ 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 ਠੀਕ ਬੰਦਾ ਨੀਗਾ। ਠੀਕ ਹੈ, ਉਹ ਬਾਅਦ 'ਚ ਕਹਿੰਦਾ ਸੀਗਾ ਵੀ ਕਾਸ਼ ਸਾਡੇ ਮੁੰਡਿਆਂ ਨੂੰ ਵੀ ਤੇਰੇ ਵਰਗੀ ਅਕਲ ਹੁੰਦੀ। ਕੀ ਹੁੰਦੀ ਭਲਾ? ਉਹਦੇ ਮੁੰਡੇ ਆਲਾ ਦਰਜੇ ਦੇ ਬਾਅਦ 'ਚ ਜਵਾਰੀ ਨਿਕਲੇ ਅਤੇ ਬਾਅਦ 'ਚ ਉਹਨਾਂ ਪੁਲਿਸ ਫੜ ਕੇ ਲੈ ਗਈ, ਫਿਰ ਮੈਂ ਛੁਡਾਉਣ ਗਿਆ। ਮੁੱਖ ਦੀ ਗੱਲ, ਵਚਨ ਨੂੰ ਜਿਹੜਾ ਇਨਸਾਨ ਕੀ ਕਹਿੰਦੇ ਰਾਹਾਂ ਦਾ ਚਿਰਾਗ ਜੀ ਮੰਨ ਕੇ ਚੱਲੂਗਾ, ਉਹ ਕਦੇ ਠੋਕਰ ਨਹੀਂ ਖਾ ਸਕਦਾ। ਅਤੇ ਮਸੀਹੀ ਜੀਵਨ ਦਾ ਮਤਲਬ, ਅੱਜ ਮੈਂ ਇਹ ਸੋਚਦਾ ਅਸੀਂ ਕਈ ਵਾਰ ਜ਼ਿਆਦਾ ਗਿਆਨ ਦੇ ਚੱਕਰ 'ਚ ਪੈ ਜਾਂਦੇ ਹਾਂ। ਤੁਸੀਂ ਦੇਖਣਾ, ਮੈਂ ਪਿਛਲੇ ਸਮੇਂ ਤੋਂ ਹੁਣ ਜ਼ਿਆਦਾ ਉਹ ਕੋਈ ਫੋਲਦਾ ਫਾਲਦਾ ਨਹੀਂ, ਕੋਈ ਜ਼ਿਆਦਾ ਪ੍ਰਕਾਸ਼ਨ ਨਹੀਂ ਲੈ ਕੇ ਆਉਂਦਾ, ਫਾਇਦਾ ਹੀ ਕੋਈ ਨਹੀਂ। ਉਹ ਪ੍ਰਕਾਸ਼ਨ ਜਿਹੜੇ ਤੁਹਾਨੂੰ 10 ਸਾਲਾਂ ਬਾਅਦ ਦੱਸਣੇ ਆ, ਤੁਹਾਨੂੰ ਅੱਜ ਹੀ ਦੱਸਣ ਡਏ ਆ, ਅਤੇ ਉਹ ਤਾਂ ਸਿਰ ਦੇ ਉੱਤੇ ਲੰਘ ਜਾਂਦੇ ਆ। ਉਹਨਾਂ ਕੋਈ ਫਾਇਦਾ ਇਸ ਕਰਕੇ ਮੈਂ ਕਿਹਾ ਉਹਨੂੰ ਨੀਵਾਂ ਲਿਆਓ ਥੱਲੇ, ਬਿਲਕੁਲ ਮੁੱਢ ਤੋਂ ਸ਼ੁਰੂ ਕਰੋ, ਜਿਹੜੀਆਂ ਗੱਲਾਂ ਸਮਝ ਸਕਿਆ ਫਿਰ ਨਾ ਪੁੱਛੋ ਵੀ ਹੁਣ ਤਾਂ ਅਗਲੇ ਫਿਰ ਆਪ ਕਹਿਣ ਵੀ ਹੁਣ ਥੋੜ੍ਹੀ ਥੋੜ੍ਹਾ ਜਿਹਾ ਅੱਗੇ ਕੋਈ ਗੱਲ ਕਰੋ। ਭੁੱਖ ਹੋਵੇ ਨਾ ਅਗਲੇ ਦੀ, ਅਤੇ ਅਗਲਾ ਕਹੇ ਹਾਂਜੀ ਹੁਣ ਥੋੜ੍ਹੀ ਜਿਹੀ ਅੱਗੇ ਵੀ ਕੋਈ ਸੁਣਾਓ, ਅਤੇ ਫਿਰ ਉਹਦਾ ਫਾਇਦਾ ਹੈਗਾ। ਅਸੀਂ ਪ੍ਰਕਾਸ਼ਿਤ ਵਾਕਿਆ ਤੱਕ ਪਹੁੰਚ ਗਏ ਵੀ ਰੈਵੀਲੇਸ਼ਨ ਸ਼ੁਰੂ ਕਰਦੇ, ਫਿਰ ਉੱਥੇ ਠੱਪ ਕਰਤਾ। ਮੈਂ ਕਿਹਾ ਨਹੀਂ, ਇਹ ਥਰੜਾ ਥਰੜਾ ਹਿਸਾਬ ਤਾਂ ਜਿਹੜਾ ਨਾ ਇਹੀ ਠੀਕ ਹੈ, ਕਿਉਂਕਿ ਅਜੇ ਤਾਂ ਅਸੀਂ ਉਹਦੇ ਲਾਇਕ ਤਾਂ ਇਹ ਬਣਨਾ ਬਣੇ ਹੀ ਨਹੀਂ। ਅਜੇ ਤਾਂ ਜਿਹੜਾ ਮੈਂ ਸੁਣਾਉਣਾ ਹੈ ਨਾ, ਇਹਦੇ ਲਾਇਕ ਵੀ ਮੈਂ ਸਮਝਦਾ ਅਜੇ ਕਲੀਸਿਆ ਨਹੀਂ। ਕਿਉਂ? ਕਿਉਂਕਿ ਇੰਨਾ ਕੁਛ ਸੁਣਨ ਤੋਂ ਬਾਅਦ ਫਿਰ ਜਦ ਸਾਡੇ 'ਚ ਪਰਿਵਰਤਨ ਹੀ ਨਾ ਆਇਆ ਤਾਂ ਫਿਰ ਇਕੱਲਾ ਸੁਣਨ ਵਾਲੇ ਹੋ ਗਏ। ਅਤੇ ਉਹਨੇ ਚੰਗਾ ਹੈਗਾ ਅਸੀਂ ਉਹ ਓਨਾ ਕੁ ਸੁਣੀਏ ਜਿੰਨੇ ਨੂੰ ਅਸੀਂ ਫਿਰ ਕੀ ਕਹਿ ਰਹੀ ਭਲਾ ਪਹੁੰਚਾ ਸਕੀਏ, ਤਾਂ ਨਾਲੇ ਉਹਨੂੰ ਪੂਰਾ ਵੀ ਕਰੀਏ। ਸੋ ਉਹਨੇ ਫਿਰ ਉੱਥੇ ਪਵਿੱਤਰ ਬਚਨ ਵਿੱਚ ਵੀ ਸਾਨੂੰ ਇਸ ਬਾਰੇ ਇੱਦਾਂ ਲਿਖ ਦਿੱਤਾ ਖੁਦਾ ਨੇ, ਅਤੇ ਸਾਨੂੰ ਅੱਜ ਕੀ ਨੋਟ ਅਸੀਂ ਕਰਕੇ ਜਾਣਾ ਹੈ, ਅੱਜ ਜੇ ਅਸੀਂ ਉਹਦੀ ਆਵਾਜ਼ ਨੂੰ ਸੁਣੀਏ ਅਤੇ ਸਭ ਤੋਂ ਪਹਿਲਾਂ ਤਾਂ ਇਹ ਮੰਨੀ ਉਹਦੀ ਆਵਾਜ਼ ਸਾਡੀ ਭਲਾਈ ਦੇ ਲਈ ਹੈ। ਅਤੇ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਪਰਮੇਸ਼ੁਰ ਦੀਆਂ ਸਾਰੀਆਂ ਗੱਲਾਂ ਸਾਡੀ ਭਲਾਈ ਦੇ ਵਾਸਤੇ ਆ, ਅਤੇ ਫਿਰ ਸਾਨੂੰ ਚਾਹੀਦਾ ਨਾ ਅਸੀਂ ਉਹਦੀ ਆਵਾਜ਼ ਨੂੰ ਸੁਣੀਏ। ਵੈਸੇ ਸੰਸਾਰਿਕ ਤੌਰ ਦੇ ਉੱਤੇ ਕੋਈ ਸਾਡੀ ਭਲਾਈ ਦੀ ਗੱਲ ਕਰਨ ਆਵੇ ਤਾਂ ਅਸੀਂ ਸੁਣਦੇ ਕਿ ਨਹੀਂ? ਹਾਂਜੀ, ਅਸੀਂ ਇਨਸਾਨਾਂ ਦੇ ਲਈ ਉਹਦੀ ਪ੍ਰੇਜ਼ ਵੀ ਕਰਦੇ ਹਾਂ, ਫਿਰ ਸੁਣਦੇ, ਫਿਰ ਉਹਦੀ ਪ੍ਰਸ਼ੰਸਾ ਵੀ ਕਰਦੇ ਹਾਂ। ਅਤੇ ਉਹ ਪਰਮੇਸ਼ੁਰ ਜਿਹਨੇ ਸਾਨੂੰ ਜ਼ਿੰਦਗੀ ਦੇ ਜੀਣ ਦੇ ਲਈ ਸਾਹ ਦਿੱਤੇ ਆ, ਉਹਦੀਆਂ ਗੱਲਾਂ ਨੂੰ ਫਿਰ ਅਸੀਂ ਨਜ਼ਰ ਅੰਦਾਜ਼ ਕਿੱਦਾਂ ਕਰਦੇ ਹਾਂ? ਇਹਦਾ ਮੈਂ ਸਾਹਮਣਾ ਕਰ ਰਹੇ ਹਾਂ, ਵਚਨ 'ਚ ਲਿਖਿਆ ਜਿਹਨੇ ਸਾਹਮਣਾ ਕੀਤਾ ਉਹ ਗਿਆ। ਉਦਾਹਰਣਾਂ ਸਾਡੇ ਸਾਹਮਣੇ ਆ, ਅਸੀਂ ਬਾਦਸ਼ਾਹ ਨੂੰ ਬੋਸ ਅਤੇ ਦੇ ਲਈ ਕੀ ਹਾਲ ਹੋਇਆ, ਉਸ ਤੋਂ ਬਾਅਦ ਬੇਲਟੀ ਸਸਰ ਆਇਆ ਨਾ, ਘਮੰਡੀ ਸੀਗਾ, ਹੈਕਲ ਨੂੰ ਲੁੱਟ ਲਿਆਏ, ਕੀ ਕਹਿੰਦਾ ਭਲਾ, ਕਹਿੰਦਾ ਲਿਆਓ, ਕਹਿੰਦਾ ਹੁਣ ਉਹਨਾਂ ਬਰਤਨਾਂ ਵਿੱਚ ਸ਼ਰਾਬ ਪੀਂਦੇ ਆ ਜਿਹੜੇ ਉੱਥੋਂ ਮੰਦਰ 'ਚ ਲੁੱਟ ਕੇ ਲਿਆਉਂਦੇ ਆ। ਘਮੰਡ ਕਿੱਥੋਂ ਤੱਕ ਆ ਗਿਆ ਭਲਾ? ਮੰਦਰ ਦੇ ਪਵਿੱਤਰ ਭਾਂਡੇ ਜਿਹਨਾਂ ਦਾ ਇੱਕ ਆਤਮਿਕ ਭੇਤ ਸੀਗਾ, ਕੀ ਕਹਿੰਦਾ ਭਲਾ ਉਹਨਾਂ ਦੇ ਵਿੱਚ ਹੀ ਸ਼ਰਾਬ ਪਾ ਕੇ ਲਿਆਓ ਅਤੇ ਪੀਤੀ ਜਾਵੇ। ਅਤੇ ਕੀ ਲਿਖਿਆ? ਇੱਕ ਉਂਗਲੀ ਆਈ ਜਿਹਨੇ ਕੰਧ 'ਤੇ ਲਿਖਣਾ ਸ਼ੁਰੂ ਕੀਤਾ। ਇਸ ਤੋਂ ਵੱਡੀਆਂ ਯਾਰ ਕਿੱਥੋਂ ਉਦਾਹਰਨਾਂ ਮਿਲਣੀਆਂ? ਦੂਰ ਕੀ ਜਾਣਾ ਤੁਸੀਂ, ਤੁਹਾਡੇ ਸਾਹਮਣੇ ਸਦਾਮ ਹੁਸੈਨ ਦਾ ਹਾਲ ਦੇਖੋ ਕੀ ਬਣਿਆ, ਜਿਹੜਾ ਲੋਕਾਂ ਦੀ ਕਚਹਿਰੀ ਲਾਉਂਦਾ ਹੁੰਦਾ ਸੀਗਾ, ਬੇਬੱਸ ਕਰਕੇ ਉਹਨੂੰ ਲੈ ਗਏ ਫਾਂਸੀ ਦੇ ਤਖ਼ਤੇ ਤੱਕ। ਸ਼ਕਲ ਦੇਖਣ ਵਾਲੀ ਸੀ ਉਹਦੀ ਉਸ ਵਕਤ, ਭਾਵੇਂ ਉਹਨੇ ਆਪਣੇ ਆਪ ਨੂੰ ਬਾਦਸ਼ਾਹ ਸਮਝਦੇ ਹੋਏ ਕਹਿ ਦਿੱਤਾ ਵੀ ਮੇਰੇ ਮੂੰਹ 'ਤੇ ਕੱਪੜਾ ਨਾ ਪਾਈਓ, ਪਰ ਉਹਨੂੰ ਦੁਬਾਰਾ ਵੀਡੀਓ ਨੂੰ ਫਿਰ ਦੇਖੋ ਅਤੇ ਉਹਦੀ ਹਾਲਤ ਦੇਖੋ ਉਸ ਸਮੇਂ। ਸੋ ਜਦੋਂ ਇੱਦਾਂ ਦੇ ਬਾਦਸ਼ਾਹ ਜਿਹੜੇ ਸੋਨੇ ਦੇ ਬੈੱਡਾਂ ਦੇ ਉੱਤੇ ਪੈਂਦੇ ਸੀਗੇ, ਉਹ ਸਾਡੇ ਸਾਹਮਣੇ ਅੱਖਾਂ ਦੇ ਇੱਕਦਮ ਨਾ ਦੂਰ ਦੀਆਂ ਕਹਾਣੀਆਂ ਸੁਣੀਆਂ, ਸਾਡੇ ਸਾਹਮਣੇ ਗਦਾਫੀ ਵਰਗੇ ਬਾਦਸ਼ਾਹ ਨੂੰ ਕੁੱਤੇ ਵਾਂਗੂ ਘੜੀਸ ਘੜੀਸ ਕੜਾ ਸੜਕ ਦੇ ਵਿੱਚ ਲਿਆ ਕੇ ਮਾਰਿਆ, ਔਰ ਉਹਨੂੰ ਤੁਸੀਂ ਸਰਚ ਕਰੋ ਉਹਦੀ ਜ਼ਿੰਦਗੀ ਦੇਖੋ ਕੈਸੀ ਸੀਗੀ। ਅਤੇ ਇਹੋ ਜਿਹੇ ਲੋਕ ਸਾਡੇ ਸਾਹਮਣੇ ਇੱਦਾਂ ਦੀ ਬੁਰੀ ਦਸ਼ਾ ਦੇ ਵਿੱਚ ਗਏ ਆ, ਅਤੇ ਫਿਰ ਸਾਡੀ ਕੀ ਔਕਾਤ ਹੈ?
तो फिर सानू की चाहिए भला, सब तो पहला असं आप समझिए, उस तो बाद असं ये फैसला करिए भी असी अपने परिवार को लैके किदा चलना है। जे असी आप भी चल गए पर जो साडा परिवार नाश हो गया तो भी एक मजे वाली गल नहीं, वो अलग गल है कि जो चीज़ों में असं पहुँच जाना, जिन्हें नरक जाना उन्हें नरक, जिन्हें सर जाना को भुल जाना, फिर नहीं सू पीड़ा होनी वो मेरा डैडी कितने आ, मेरी मम्मी कितने आ, मेरा भरा कितने, मेरी घरवाली कितने आ, क्योंकि उत्थे तो तुसी जिथे पहुंच जाना ना उत्थे जाके सब कुछ भुल जाना है। भुल जाने का मतलब की है तुहानू उन्हां चीज़ां नू चेते करने की जरूरत ही नहीं पैनी क्योंकि उत्थे आनंद ही इन्ना कोई। इस तो पहला कि असी आप आनंद जाइए सानू की चाहिए भला, असी उस आनंद दे विच अपने परिवार नू लैके जाण दा की करिए भला। अमरीका में बंदे आ जाते कई सिंगल होंगे घर वाली उत्थे होंगे जिंदगी वो गाल दिंदा भी मैं अपने परिवार को किसी किस तरह की करा भला, अमरीका लिया वा ना, कई तो बेचारे तरसते तरसते इतने मर भी गए, कई अपने परिवार को मिल ही नहीं सके, तो तमन्ना की भला लै आइए किसी तरह है ना, पर लिया नहीं सके। इतने एक पास्टर से पिछले थोड़े दिन मर गया, एक भरा इतने है जिम्मे, तो वो जा नहीं सकया बेचारा, बाद इतों की बॉडी भी नहीं जा सकी। सो ये सारिया गल्लां साडे लई की है भला एक उदाहरण है, तो जदों असीं इस जिंदगी विच इन्ना बेहतर सोचते हैं तो फिर सानू ये पता लग चुका कि एक जिंदगी खुदावंद खुदा सानू देण वाला है और वो अनंत जिंदगी है जिहड़ी कदे खत्म होने वाली। तो जदों इन्नी एक जिंदगी दे लई इहे एडा वड्डा संघर्ष करदे आ, मैनूं पता लगा भाई साहब ने पहला सवेरे एक दिहाड़ी ला के आउंदे, पागल देखो किदां दा होया बंदा, सवेरे एक दिहाड़ी ला के आउंदा है फिर दूजी लाउण चल जांदा, फिर कहते भी 11-12 बजे घर पहुँचता, पता कई बार 1 बजे पहुँचता, तो हालत कहते इदा की हुई होंगी भी आके सीधा मंजे तो डिगदा ही है, कहदे वास्ते भला इन्ना संघर्ष कहदे लई। एक तो यह जनून है भी मैं इतने एक घर लैना, यह सारे होना चाहिए है ना, क्योंकि जो अभी इतने आए हैं तो फिर सानू घर जरूरी है, किराए भाड़े भरन के नालों असी अपने घर च होइए, हरेक दे जनून होना चाहिए, इदा का भी नहीं होना चाहिए जनून होना चाहिए हरेक, दुआ करा करो हरेक बंदे को, साडे कलीस जिन्हें भी लोग है ना वो किराए भाड़े एडे एडे देने नालों उन्होंने को हरेक को की हो भला अपना अपना घर हो, क्योंकि यही इतने मेन जी दौड़ होंगी है। पर मैं यही गल दसनी चाहना असी इस जीवन के लिए इन्ह चीज़ों के लिए कि मेहनत किन्ना संघर्ष करते हैं, तो सानू पता है भी पता नहीं कदों असी अखा मीट नहीं होनी, ये भी पता। मैं कई बार विचार करता गड्डी बैठाया भी असं उ इंडिया घर बना एडा जो घर हूँ 9-10 लाख रुपये इन्हें बदोबदी मेरे को उवा दिता कि घर देते जे चाहिए रहना ही नहीं, उधर उन्हें देख लो उन्हें बनाया उदा नहीं गला खरे हम बोर ही करना पे गल समझने वाली हैं जी समझाने की कोशिश करते हैं। एक घर जिस असी रहना नहीं गा, और मेरा ख्याल इस बार अभी प्लान करते हैं पता नहीं रब ने जान भी देना कि नहीं, तो जे गए तो इस बार मेरा ख्याल भी लाइफ से आखिरी बार जाना सारे ने कट्ठे ने, बाद कभी कट्ठिया को जाया भी नहीं जाना, तो उत्थे भी पैसे लाते है ना, जिस घर च रहना नहीं जिस घर जाना नहीं उस घर ठीक है। तो भला इस जिंदगी दे लई इन्नियां सहूलतां इन्ना कुछ असी लोग करते हैं लेकिन जीवन का कोई पता नहीं, पता अजय भी कोई पता थोड़ी है भी वो उत्ते पैसे पूरे लाए खरे उन्होंने देखना नसीब भी होना कि नहीं। मैडम की जिनी कहीं शुगर बढ़ जाती है तो यह मैंने कहीं फोन कर दिया, तो जो मैं काम से गया तो जिदा इन्हों का कि सवेरे फोन आ गया मैं मैंने पक्का पता मैं फुड़ गई, तो मैंने हूँ मना करता मैं क्या भरावा जो उन्हें मरना उदो तुमने मारे जाना है तो तुम प्लीज़ मैंने फोन ना करो, वो जो भी फोन जाना क्योंकि मैंने पता होता मैं क्या भी शुगर शागर कितने डिग डुग पी होनी तो गई गई है। एक घर का सू पता जिते अं पक्का जा सकते हैं हाँ जी, एक जगह साढ़े लिए एक जगह पक्की है जिदे किने वायदा किया भला खुद खुदा ने वायदा किया मैं जाता हाँ ता जो थोड़े लिए एक जगह, वह जगह साढ़े को दुनिया की कोई भी ताकत खो नहीं सकती अगर अभी की करिए भला मेहनत करिए, तो वह जगह जिथे अमेशा दे रहना।
ਪਰ ਉਹਦੇ ਲਈ ਕੀ ਜਵਾਬ ਹੁੰਦਾ? ਉਹ ਕਿਹਨੇ ਦੇਖਿਆ? ਕੀ ਕਿਹਾ ਉਹਨੂੰ ਵੇਟ ਦਿੰਦੇ ਆ? ਫਿਰ ਕੱਲ ਹੀ ਐਵੇਂ ਬੰਦਗੀਆਂ ਦਵਾਵਾਂ ਕਰਦੇ ਆ, ਦਫ਼ਾ ਮਾਰੋ ਫਿਰ ਜੇ ਗਾਂ ਦੇਖਿਆ ਹੀ ਨਹੀਂ ਕਿਸੇ ਨੇ ਤੇ ਫਿਰ ਕੱਲ ਹੀ ਆ, ਫਿਰ ਤਾਂ ਪੁਲਿਸ ਕਹਿੰਦਾ ਵੀ ਫਿਰ ਮੌਜ ਮਸਤੀ ਕਰੋ, ਖਾਓ ਪੀਓ ਤੇ ਮਰ ਜਾਓ। ਜੇ ਸਾਨੂੰ ਉਮੀਦ ਹੀ ਨਹੀਂ ਗੀ, ਜੇ ਸਾਨੂੰ ਇਹ ਭਰੋਸਾ ਹੀ ਨਹੀਂ ਕਿ ਪ੍ਰਭੂ ਯਿਸੂ ਮਸੀਹ ਆਇਆ ਇਸ ਸੰਸਾਰ ਦੇ ਵਿੱਚ ਮੇਰੇ ਲਈ ਕੁਰਬਾਨ ਹੋਇਆ, ਮੇਰੇ ਲਈ ਦੁਬਾਰਾ ਆ ਰਿਹਾ ਆ, ਮੇਰੇ ਲਈ ਇੱਕ ਜੰਨਤ ਤਿਆਰ ਹੋ ਰਹੀ ਹੈ, ਔਰ ਉਹ ਜੰਨਤ ਤਿਆਰ ਹੋਈ ਜਿਹੜੀ ਮੇਰੇ ਤੋਂ ਬਿਨਾਂ ਅਧੂਰੀ ਆ। ਸਭ ਤੋਂ ਖਤਰਨਾਕ ਗੱਲ, ਪਰਮੇਸ਼ਵਰ ਅਧੂਰਾ ਆ ਇਸ ਇਨਸਾਨ ਤੋਂ ਬਿਨਾਂ। ਕਿੱਡੀ ਜ਼ਬਰਦਸਤ ਪਰਮੇਸ਼ਵਰ ਦੀ ਮੁਹੱਬਤ ਆ ਕਿ ਪਰਮੇਸ਼ਵਰ ਇਸ ਕਲੀਸੀਆ ਤੋਂ ਬਿਨਾਂ ਅਧੂਰਾ ਆ। ਪਰਮੇਸ਼ਵਰ ਨੇ ਉਦੋਂ ਪੂਰਾ ਹੋਣਾ ਜਦੋਂ ਇਹ ਕਲੀਸੀਆ ਉਹਦੇ ਨਾਲ ਉਹਦੇ ਤਖ਼ਤ ਦੇ ਉੱਤੇ ਬਹਿਣੀ। ਯੁੱਗਾਂ ਦੀ ਪਲਾਨਿੰਗਾਂ ਦੇ ਵਿੱਚ ਪਰਮੇਸ਼ਵਰ ਦੀ ਆਖਰੀ ਪਲਾਨ ਆ ਇਸ ਕਲੀਸੀਆ ਨੂੰ ਆਪਣੇ ਨਾਲ ਤਖ਼ਤ ਦੇ ਉੱਤੇ ਬਿਠਾਉਣਾ ਆ। ਔਰ ਜਿੱਥੇ ਜਿਸ ਪਰਮੇਸ਼ਵਰ ਨੇ ਸਾਡੇ ਲਈ ਏਡਾ ਵੱਡਾ ਇੰਤਜ਼ਾਮ ਕਰਕੇ ਰੱਖਿਆ, ਜਿੱਥੇ ਅਸੀਂ ਹਮੇਸ਼ਾ ਨਹੀਂ ਜਾਣਾ, ਜਿਹੜਾ ਘਰ ਸਾਡੇ ਕੋਲ ਕਦੀ ਖੋਇਆ ਨਹੀਂ ਜਾ ਸਕਦਾ, ਉਹਦੇ ਲਈ ਤਿਆਰੀ ਹੋਣੀ ਕਿੰਨੀ ਬੜੀ ਮੁਸ਼ਕਲ ਨਾ। ਮੈਂ ਅੱਜ ਫੈਸਲਾ ਕੀਤਾ, ਮੈਂ ਕਿਹਾ ਹੁਣ ਨਿਯਮ ਬਦਲਣੇ ਆ। ਅੱਗੇ ਤਾਂ ਇਹ ਕਹਿੰਦੇ ਅਸੀਂ ਕਿਸੇ ਕੋਲ ਮੰਗਦੇ ਨਹੀਂ, ਹੁਣ ਰੂਲ ਬਦਲ ਦੇਣੇ ਆ। ਜਿੱਦਾਂ ਉਸ ਚਰਚ 'ਚ ਜਾਣਾ ਨਾ, ਹੁਣ ਨਵਾਂ ਜਿਹੜਾ ਲਿਆ, ਹੁਣ ਇਸ ਸੰਘਰਸ਼ 'ਚ ਪੈਣਾ ਵੀ ਹੁਣ ਚਰਚ ਜੇ ਕਰਨਾ ਆ ਤਾਂ ਫਿਰ ਚਰਚ ਬਿਲਡਿੰਗ ਵੀ ਜਿੱਦਾਂ ਅਸੀਂ ਕਹਿੰਦੇ ਵੀ ਘਰ ਜੇ ਇੱਥੇ ਰਹਿਣਾ ਅਮਰੀਕਾ 'ਚ ਘਰ ਆਪਣਾ ਹੋਣਾ ਚਾਹੀਦਾ, ਅਤੇ ਫਿਰ ਹੁਣ ਇਹ ਵੀ ਪੜ੍ਹਨ ਲੈਣਾ ਵੀ ਹੁਣ ਜੇ ਬੰਦਗੀ ਕਰਨੀ ਆ ਨਾ ਤਾਂ ਚਰਚ ਬਿਲਡਿੰਗ ਵੀ ਸਾਡੇ ਕੋਲ ਆਪਣੀ ਹੋਣੀ ਚਾਹੀਦੀ। ਹੁਣ ਹਰ ਉਹ ਬੰਦਾ ਜਿਹਨੇ ਚਰਚ 'ਚ ਆਉਣਾ ਉਹਨੂੰ ਇੱਕ $200 ਜਾਂ ਜੇ ਉਹਦੀ ਦਿਹਾੜੀ 200 ਆ ਤਾਂ 200, ਜੇ 300 ਆ ਤਾਂ 300, ਅਤੇ ਜੇ 350 ਆ ਤਾਂ ਇੱਕ ਦਿਹਾੜੀ ਹਰ ਮਹੀਨੇ ਉਹਨੂੰ ਉਸ ਚਰਚ ਦੇ ਲਈ ਦੇਣੀ ਪੈਣੀ ਹੈ। ਜਿਹੜਾ ਦਊਗਾ ਉਹ ਹੀ ਚਰਚ 'ਚ ਆਊਗਾ, ਨਹੀਂ ਤਾਂ ਜੈਮ ਸੀਗੀ। ਸਿੰਪਲ, ਜਿਹੜਾ ਆਊਗਾ। ਹੁਣ ਦੇਖਿਓ ਇਹ ਸੁਣ ਕੇ ਕਿੰਨਿਆਂ ਨੂੰ ਮੌਤ ਪੈਣੀ ਪਤਾ, ਕੱਲ੍ਹ ਹੀ ਦਿਹਾੜੀ 'ਤੇ ਜਾਂਦੇ ਆ, 3 ਮਹੀਨੇ 'ਚ ਬਾਰਿਸ਼ ਆ ਜਾਵੇ ਕੋਈ ਪ੍ਰੋਬਲਮ ਨਹੀਂ, 4 ਬਾਰਿਸ਼ ਆ ਜਾਵੇ ਕੋਈ ਪ੍ਰੋਬਲਮ, 5 ਬਾਰਿਸ਼ ਆ ਜਾਵੇ ਕੋਈ ਪ੍ਰੋਬਲਮ ਨਹੀਂ, ਸਮਝ ਲਿਓ 6 ਆ ਗਈ ਹੈ। ਹਾਂਜੀ, ਸਮਝ ਲਿਓ 6 ਆ ਗਈ ਹੈ। ਪਰ ਇਹ ਜਿਹੜਾ ਮਤਲਬ ਉਸ ਕੰਮ ਦੇ ਲਈ ਇਹ ਕੱਢਣੇ ਜਿਹੜੇ ਨਾ, ਇਹ ਇੰਨੇ ਕੁ ਪਹਾੜ ਜਿੰਨੇ ਲੱਗਣੇ, ਇੰਨੇ ਕੁ ਮੁਸ਼ਕਲ ਲੱਗਣੇ ਨਾ ਵੀ ਬਸ ਮਾਰੇ ਗਏ ਆ। ਤੇ ਉਸੇ ਰੱਬ ਕੋਲੋਂ ਬਾਅਦ 'ਚ ਦੁਆ ਕਰਦੇ ਵੀ ਉਹ ਜੀ ਇੱਕ ਕੰਮ ਦੀ ਔਫਰ ਆਈ ਆ, ਪਾਸਟਰ ਜੀ ਦੁਆ ਕਰ ਦਿਓ ਕਿਤੇ ਮਿਲ ਜਾਂਦਾ ਤੇ ਜ਼ਿੰਦਗੀ ਬਦਲ ਜਾਣੀ ਆ। ਹੈਨਾ, ਫਿਰ ਕੀ ਹੋਣਾ ਭਲਾ? ਜ਼ਿੰਦਗੀ ਬਦਲ ਜਾਣੀ ਆ। ਅਤੇ ਜਿਸ ਦੁਆ ਨੇ ਜ਼ਿੰਦਗੀ ਬਦਲਣੀ ਆ, ਉਸ ਖੁਦਾ ਨੇ ਜਿਹਨੇ ਜ਼ਿੰਦਗੀ ਬਦਲਣੀ ਆ, ਉਹਦੀ ਉਸ ਇਬਾਦਤ ਦੇ ਲਈ ਕੁਛ ਨਹੀਂ। ਔਰ ਇੱਥੇ ਇੱਕ ਗੱਲ ਧਿਆਨ ਰੱਖਣੀ ਆ, ਫਿਰ ਇਕਬਾਲ ਗਿੱਲ ਨੇ ਇੱਕ ਫੈਸਲਾ ਲਿਆ ਸੀ ਵੀ ਕਲੀਸਿਆਂ ਕੋਲੋਂ ਮੰਗਣਾ ਕੁਛ ਨਹੀਂ, ਪਰ ਇਹ ਚੇਤੇ ਰੱਖਿਓ, ਹੁਣ ਜਿਹੜਾ ਮੰਗਣਾ ਨਾ ਉਹ ਵੀ ਇਕਬਾਲ ਗਿੱਲ ਆਪਣੇ ਲਈ ਨਹੀਂ ਮੰਗ ਰਿਹਾ, ਇਹ ਚੇਤਾ ਰੱਖਿਓ। ਦੂਸਰੀ ਗੱਲ, ਕਿਉਂਕਿ ਮੇਰੇ ਬੇਟੇ ਨੂੰ ਖੁਦਾ ਚੰਗਾ ਕਰੇ ਤਾਂ ਕੱਲ੍ਹ ਨੂੰ ਹੋ ਸਕਦਾ ਪਾਸਟਰ ਬਣ ਜਾਵੇ, ਅਤੇ ਜੇ ਖੁਦਾ ਦੀ ਇੱਦਾਂ ਦੀ ਇੱਛਾ ਹੈ ਤਾਂ ਉਹ ਚਰਚ ਮੈਂ ਆਪਣੇ ਲਈ ਨਹੀਂ ਬਣਾ ਰਿਹਾ, ਇਹ ਵੀ ਯਾਦ ਰੱਖਣਾ। ਉਹ ਅਸੀਂ ਜਾਵਾਂਗੇ ਤਾਂ ਉਹ ਵੀ ਇੱਕ ਯਾਦਗਾਰੀ ਰਹੂਗੀ, ਕੋਈ ਆਇਆ ਸੀ ਅਤੇ ਕਲੀਸਿਆਂ ਨੂੰ ਕੁਛ ਦੇ ਕੇ ਗਿਆ ਸੀ। ਕੀ ਹੈ ਭਲਾ? ਕੋਈ ਆਇਆ ਸੀ ਅਤੇ ਕਲੀਸਿਆਂ ਨੂੰ ਕੁਛ ਦੇ ਕੇ ਗਿਆ, ਅਤੇ ਉਹ ਕਦੀ ਇਹ ਵੀ ਨਾ ਕਿਸੇ ਦੇ ਮਨ ਵਿੱਚ ਆਵੇ ਵੀ ਹੁਣ ਮੰਗਣ ਲੱਗ ਪਏ ਆ ਆਪਣੇ ਲਈ। ਆਪਣੇ ਲਈ ਨਹੀਂ, ਅਸੀਂ ਕਰ ਸਕਦੇ ਹਾਂ, ਸਾਡੇ ਲਈ ਬਹੁਤ ਆਸਾਨ ਆ, ਔਰ ਇਹ ਅਸੀਂ ਕਰਾਂਗੇ ਜੇ ਵਾਕਿਆ ਖੁਦਾ ਦੇ ਨਾਲ ਸਾਡੀ ਮੁਹੱਬਤ ਆ। ਸਮੁੱਖ ਦੀ ਗੱਲ, ਅਸੀਂ ਫਿਰ ਉੱਥੇ ਆਉਂਦੇ ਹਾਂ। ਸਿੱਖਿਆ ਜਿਹੜੀ ਨਾ, ਇਹਦੀ ਪ੍ਰਾਪਤੀ ਦੇ ਬਾਰੇ 'ਚ ਲਿਖਿਆ ਵੀ ਇਹ ਕੁੰਦਨ ਸੋਨੇ ਦੇ ਨਾਲੋਂ ਵੀ ਉੱਤਮ ਆ। ਕਿਹਦੇ ਨਾਲ? ਸਿੱਖਿਆ ਕੁੰਦਨ ਸੋਨੇ ਦੇ ਨਾਲੋਂ ਵੀ ਉੱਤਮ ਆ। ਚਾਂਦੀ ਵਾਂਗੂ ਕਹਿੰਦਾ ਇਹਦੀ ਭਾਲ ਕਰ, ਅਤੇ ਸੋਨੇ ਵਾਂਗੂ ਇਹਦਾ ਸਾਰਾ ਸਿਸਟਮ। ਅਤੇ ਕੀ ਆ ਫਿਰ ਸਾਨੂੰ ਕੀ ਚਾਹੀਦਾ ਭਲਾ? ਅਸੀਂ ਵਚਨ ਨੂੰ ਧਿਆਨ 'ਚ ਰੱਖਦੇ ਹੋਏ ਸਿਰਫ ਸੁਣੀਏ ਨਾ, ਬਲਕਿ ਜਿੰਨਾ ਕੁ ਸੁਣਦੇ ਹਾਂ ਉਹਦੇ ਉੱਤੇ ਅਸੀਂ ਫੈਸਲੇ ਲੈਣੇ ਆ। ਹੁਣ ਕੀ ਕਰਨੇ ਭਲਾ? ਫੈਸਲੇ ਲੈਣੇ, ਕਿਉਂਕਿ ਮੈਨੂੰ ਇੱਕ ਬੜਾ ਵਧੀਆ ਹੁਣ ਤਰੀਕਾ ਮਿਲ ਗਿਆ ਹੋਇਆ ਵੀ ਮੈਂ ਤਾਂ ਸੇਵਾ ਹੀ ਕਰਨੀ ਨਾ, ਆਹ ਬੜਾ ਵਧੀਆ। ਅਤੇ ਹੁਣ ਜੇ ਚਰਚ 'ਚ ਲਾਉਣਾ ਆ ਤਾਂ ਫਿਰ ਚਰਚ ਵਿੱਚ ਹੁਣ ਸਾਰੇ ਕਾਨੂੰਨ ਚੇਂਜ ਹੋਣੇ ਟੋਟਲ। ਇਹ ਹੁਣ ਉਹ ਇਸ ਤੋਂ ਪਹਿਲਾਂ ਕਿ ਅਸੀਂ ਉਸ ਚਰਚ 'ਚ ਚਲੇ ਜਾਈਏ, ਪਹਿਲਾਂ ਇੱਕ ਮੀਟਿੰਗ ਕੀਤੀ ਜਾਊਗੀ ਸਾਰਿਆਂ ਬੁਲਾ ਕੇ, ਔਰ ਜਿਹੜੀ ਹਾਮੀ ਭਰ ਲਈ ਆ ਉਹ ਭਾਵੇਂ ਇੰਡੀਆ ਗਿਆ ਹੋਵੇ ਭਾਵੇਂ ਪਾਕਿਸਤਾਨ ਗਿਆ ਹੋਵੇ, ਉਹਦਾ ਕੰਮ ਲੱਗੇ ਅਤੇ ਭਾਵੇਂ ਜਿਹੜੀ ਕਮਿਟਮੈਂਟ ਉਹਨੇ ਕਰ ਲਈ ਆ ਉਹ ਉਹਨੂੰ ਪੂਰੀ ਕਰਨੀ ਪੈਣੀ ਆ, ਅਤੇ ਜੇ ਉਹਨੇ ਨਹੀਂ ਕਰਨੀ ਤਾਂ ਉਦਣ ਹੀ ਨਾ ਕਰ ਦੇਵੇ।
ਤੇ ਜੇ ਇੱਕ ਵਾਰੀ ਹਾਂ ਕਰ ਲਈ ਆ ਤੇ ਫੇਰ ਗਿਆ ਕਿਉਂਕਿ ਬਚਨ ਚ ਕੀ ਲਿਖਿਆ ਤੇਰੀ ਹਾਂ ਦੀ ਹਾਂ ਤੇ ਤੇਰੀ ਨਾਂ ਦੀ ਨਾ ਹੋਵੇ ਸੋ ਇਹ ਹੁਣ ਅੱਗੇ ਬੱਚਿਆਂ ਦੇ ਮਨਾਂ ਦੇ ਵਿੱਚ ਵੀ ਇਹਨਾਂ ਗੱਲਾਂ ਨੂੰ ਪਾਉਣਾ ਹੈ ਕੀ ਕਰਨਾ ਭਲਾ ਬੱਚਿਆਂ ਦੇ ਮਨਾਂ ਵਿੱਚ ਵੀ ਇਹਨਾਂ ਗੱਲਾਂ ਨੂੰ ਪਾਉਣਾ ਆ ਤੇ ਅੱਜ ਅਸੀਂ ਇਹ ਫੈਸਲਾ ਲੈ ਕੇ ਇੱਥੇ ਉੱਠੀਏ ਕਿ ਕੁਛ ਅਸੀਂ ਅੱਜ ਸੁਣਿਆ ਆ ਕਿੰਨੀਆਂ ਅਸੀਂ ਉਦਾਹਰਨਾਂ ਸੰਸਾਰ ਦੇ ਵਿੱਚ ਲੋਕਾਂ ਦੇ ਦੇਖੀਆਂ ਜਿਹਨਾਂ ਦਾ ਇਹ ਹਸ਼ਰ ਹੋਇਆ ਅਤੇ ਸਾਡਾ ਕੀ ਹਸ਼ਰ ਹੋਣ ਵਾਲਾ ਸਾਨੂੰ ਨਹੀਂ ਪਤਾ ਜਿਹਨਾਂ ਦਾ ਹੋਇਆ ਉਹਨਾਂ ਨੂੰ ਨਹੀਂ ਸੀ ਪਤਾ ਸਾਡੇ ਨਾਲ ਕੀ ਹੋਣ ਵਾਲਾ ਸਾਨੂੰ ਨਹੀਂ ਪਤਾ ਪਰ ਮੌਤ ਤਾਂ ਆਉਣੀ ਆ ਅਤੇ ਉਹ ਮੁਬਾਰਕ ਜ਼ਿੰਦਗੀ ਹੋ ਜਾਊਗੀ ਜਿਹੜੀ ਰੱਬ ਦੇ ਵਿੱਚ ਗੈਰਤ ਦੇ ਨਾਲ ਮਰੂ ਮਾਨਾ ਤੁਸੀਂ ਉਦੋਂ ਬੇਗੈਰਤ ਵਿੱਚ ਵੀ ਮਰ ਜਾਣਾ ਪਰ ਚੰਗਾ ਕੀ ਹੈ ਭਲਾ ਚੰਗਾ ਇਹ ਆ ਅਸੀਂ ਪਰਮੇਸ਼ੁਰ ਦੇ ਹੁਕਮ 'ਚ ਰਹਿੰਦਿਆਂ ਹੋਇਆ ਉਹਦੇ 'ਚ ਚੱਲਦਿਆਂ ਹੋਇਆ ਉਹਦੀ ਇੱਛਾ ਨੂੰ ਪੂਰੀਆਂ ਕਰਦਿਆਂ ਹੋਇਆ ਅਤੇ ਉਹਦੇ ਕੰਮ ਦੇ ਵਿੱਚ ਹੀ ਮਰੀਏ ਰਾਜਨੀਤੀ ਨੂੰ ਮੇਰਾ ਛੱਡਣ ਦਾ ਮਕਸਦ ਸਿਰਫ ਇਹ ਬਣਿਆ ਸੀ ਜਦੋਂ ਮੈਨੂੰ ਪਤਾ ਲੱਗ ਗਿਆ ਨਾ ਹੁਣ ਮੈਨੂੰ ਠੋਕਣਾ ਹੀ ਠੋਕਣਾ ਅਤੇ ਫਿਰ ਮੈਂ ਸੋਚਿਆ ਵੀ ਮੈਂ ਇਹ ਇੱਦਾਂ ਦੀ ਭੈੜੀ ਮੌਤ ਕਾਹਦੇ ਨਹੀਂ ਮਰਾਂ ਮੈਂ ਪ੍ਰਚਾਰ ਕਰਦਾ ਸਟੇਜ ਦੇ ਉੱਤੇ ਮੈਨੂੰ ਕੋਈ ਗੋਲੀ ਮਾਰੂਗਾ ਮਰੂਗਾ ਮੇਰੇ ਲਈ ਤਾਂ ਮੁਬਾਰਕ ਹੈ ਮੈਂ ਰਾਜਨੀਤੀ ਕਰਦਾ ਕਰਦਾ ਕੋਈ ਮੈਨੂੰ ਠੋਕ ਗਿਆ ਤਾਂ ਮੈਂ ਕਿਸ ਕੰਮ ਦਾ ਇਸ ਲਈ ਫੈਸਲਾ ਕੀਤਾ ਨਹੀਂ ਜੇ ਮਰਨਾ ਹੈ ਤਾਂ ਫਿਰ ਕਿਹਦੇ ਲਈ ਮਰਾਂਗੇ ਭਲਾ ਫਿਰ ਰੱਬ ਦੇ ਲਈ ਅਤੇ ਰੱਬ ਦੇ ਵਿੱਚ ਮਰਾਂਗੇ ਇੱਦਾਂ ਦੀ ਫਿਰ ਬਗੈਰ ਅਤੇ ਜ਼ਿੰਦਗੀ ਦੇ ਵਿੱਚ ਕੱਲ੍ਹ ਹੀ ਮਰੀ ਅਸੀਂ ਹੈ ਨਾ ਸੋ ਉਸੇ ਤਰ੍ਹਾਂ ਅਸੀਂ ਫੈਸਲਾ ਲਈਏ ਵੀ ਅਸੀਂ ਪ੍ਰਭੂ ਦੇ ਵਿੱਚ ਚੱਲਣਾ ਹੈ ਅਤੇ ਹੁਣ ਬਗੈਰਤ ਦੇ ਨਾਲ ਠੀਕ ਹੈ ਅਤੇ ਪਹਿਲ ਕਿਹਨੂੰ ਦੇਣੀ ਭਲਾ ਪਹਿਲ ਕਿਹਨੂੰ ਦੇਣੀ ਹੈ ਸਭ ਕੁਛ ਮਸੀਹ ਯਸੂ ਦੇ ਵਸੀਲੇ ਦੇ ਨਾਲ ਅਤੇ ਉਹਦੇ ਦੁਆਰਾ ਅਤੇ ਉਹਦੇ ਲਈ ਹੈ ਹਾਲੇ ਲਈ ਹੈ ਅਤੇ ਹੁਣ ਅਸੀਂ ਕੀ ਚੱਲਾਂਗੇ ਮਰ ਕੇ ਚੱਲਾਂਗੇ ਸਾਡੇ ਕੋਲ ਜੋ ਕੁਛ ਹੈਗਾ ਉਹ ਕਿਹਦਾ ਹੈ ਭਲਾ ਉਹ ਵੀ ਕਿਹਦਾ ਜੀ ਉਹ ਵੀ ਪਰਮੇਸ਼ੁਰ ਦਾ ਹੈ ਅਤੇ ਹੁਣ ਅਸੀਂ ਪਰਮੇਸ਼ੁਰ ਵਾਸਤੇ ਹੀ ਫਿਰ ਇੱਕ ਫੈਸਲਾ ਲੈ ਕੇ ਚੱਲਾਂਗੇ ਅਤੇ ਇੱਥੇ ਇੱਕ ਨਿਸ਼ਾਨ ਛੱਡ ਜਾਵਾਂਗੇ ਜੇ ਤਾਂ ਪ੍ਰਭੂ ਦੀ ਅਮਨ ਦੇਰ ਦੇ ਨਾਲ ਹੈ ਅਤੇ ਘੱਟੋ ਘੱਟ ਇਹ ਗੱਲਾਂ ਹੋਇਆ ਕਰਨਗੀਆਂ ਵੀ ਕੁਛ ਕਰ ਗਿਆ ਠੀਕ ਹੈ ਜਿਹਦੇ ਵਿੱਚ ਪ੍ਰਭੂ ਦਾ ਨਾਮ ਹਮੇਸ਼ਾ ਚੱਲਦਾ ਰਹੇ ਅਤੇ ਜੇ ਪ੍ਰਭੂ ਪਹਿਲਾਂ ਆ ਗਿਆ ਤਾਂ ਫਿਰ ਕੋਈ ਗੱਲ ਨਹੀਂ ਫਿਰ ਜਿਹੜੇ ਰਹਿ ਗਏ ਉਹਨਾਂ ਦੇ ਕੰਮ ਆਜੂਗਾ ਅਸੀਂ ਤਾਂ ਫਿਰ ਨਿਕਲ ਜਾਵਾਂਗੇ ਆਪਣੀ ਅੱਖਾਂ ਨੂੰ ਬੰਦ ਕਰਦੇ ਹਾਂ ਸਿਰਾਂ ਝੁਕਾਉਂਦੇ ਹਾਂ ਹਾਲੇ ਧੰਨਵਾਦ ਧੰਨਵਾਦ ਹਾਲੇ ਥੋੜ੍ਹੀ ਦੇਰ ਦੇ ਲਈ ਸੁਣੇ ਹੋਏ ਵਚਨ ਦੇ ਉੱਤੇ ਧਿਆਨ ਕਰੀਏ ਔਰ ਫੈਸਲਾ ਲਈਏ ਕਿ ਮੈਨੂੰ ਪਰਮੇਸ਼ੁਰ ਨੇ ਇਹ ਜ਼ਿੰਦਗੀ ਬਖਸ਼ੀ ਹੈ ਔਰ ਮੈਂ ਕਿੰਨਾ ਕੁ ਪਰਮੇਸ਼ੁਰ ਦੇ ਲਈ ਜੀਦਾ ਹਾਂ ਔਰ ਕਿੰਨਾ ਕੁ ਆਪਣੇ ਵਾਸਤੇ ਜਿਉਂਦਾ ਹਾਂ ਜਿਸ ਪਰਮੇਸ਼ੁਰ ਤੋਂ ਮੈਂ ਬਹੁਤ ਕੁਛ ਉਮੀਦ ਰੱਖਦਾ ਹਾਂ ਉਸ ਪਰਮੇਸ਼ੁਰ ਦੇ ਇਸ ਵਚਨ ਨੂੰ ਫੈਲਾਉਣ ਦੇ ਲਈ ਮੈਂ ਆਪ ਕੀ ਕਰਦਾ ਹਾਂ ਮੇਰਾ ਆਪਣਾ ਉਹਦੇ ਲਈ ਕਿੰਨਾ ਕੁ ਮੈਂ ਸਮਾਂ ਕੱਢਦਾ ਹਾਂ ਜੋ ਕੁਛ ਉਹਨੇ ਬਖਸ਼ਿਆ ਉਹਦੇ ਵਿੱਚੋਂ ਮੈਂ ਉਹਦੇ ਲਈ ਕਿੰਨਾ ਕੁ ਉਹਦੇ ਵਾਸਤੇ ਉਹਦੇ ਕੰਮਾਂ ਨੂੰ ਵਧਾਉਣ ਦੇ ਵਾਸਤੇ ਦਿੰਦਾ ਹਾਂ ਸੋ ਜਦੋਂ ਅਸੀਂ ਪਰਮੇਸ਼ੁਰ ਦੇ ਲਈ ਕੁਛ ਕਰਨ ਦੀ ਠਾਣ ਲੈਂਦੇ ਹਾਂ ਤਾਂ ਫਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਸਾਨੂੰ ਰੋਕ ਦਿੰਦੀ ਮੈਨੂੰ ਯਾਦ ਹੈ ਜਦੋਂ ਅਸੀਂ ਹੁਸਨਾ ਮਸੀਹ ਕਲੀਸਿਆ ਦੇ ਨਾਲ ਮਿਲ ਕੇ ਸੇਵਾ ਕਰਦੇ ਸੀਗੇ ਇੱਕ ਅਮੀਰ ਖਾਨਦਾਨ ਦੇ ਲੋਕ ਜਿਹੜੇ ਸੀਗੇ ਉਹਨਾਂ ਨੇ ਉਸ ਲੰਗਰ ਦੇ ਲਈ ਐਲਾਨ ਕੀਤਾ ਕਿ ਅਗਲੀ ਵਾਰ ਦਾ ਜਿਹੜਾ ਲੰਗਰ ਆ ਉਹ ਸਾਰੇ ਦਾ ਸਾਰਾ ਦੇਸੀ ਘਿਓ ਦੇ ਵਿੱਚ ਬਣਾਇਆ ਜਾਊਗਾ ਔਰ ਅਸੀਂ ਲੈ ਕੇ ਆਵਾਂਗੇ ਉਸ ਜਗ੍ਹਾ ਦੇ ਉੱਤੇ ਇੱਕ ਭੈਣ ਸੀਗੀ ਜਿਹੜੀ ਬਹੁਤ ਨਿਹਾਇਤ ਹੀ ਗਰੀਬ ਸੀ ਉਸ ਭੈਣ ਨੇ ਖੁਦਾ ਦੇ ਨਾਲ ਗਿਲਾ ਕੀਤਾ ਕਿ ਮੈਂ ਤਾਂ ਇਸ ਲਾਇਕ ਵੀ ਨਹੀਂ ਮੈਂ ਕੁਛ ਕਰ ਸਕਾਂ ਤੂੰ ਮੈਨੂੰ ਇਸ ਲਾਇਕ ਬਣਾ ਕੇ ਮੰਮੀ ਉਸ ਘਿਓ ਦੇ ਲੰਗਰ ਦੇ ਵਿੱਚ ਮੰਮੀ ਕੁਛ ਹਿੱਸਾ ਪਾ ਸਕਾਂ ਅਤੇ ਜਿਹੜੇ ਕਰਨ ਦੇ ਲਈ ਠਾਣਦੇ ਆ ਉਸ ਭੈਣ ਦੀ ਗੱਲ ਨੂੰ ਸੁਣ ਕੇ ਕਈਆਂ ਦੇ ਦਿਲ ਟੁੱਟ ਜਾਂਦੇ ਆ ਔਰ ਕਈ ਤਾਂ ਰੋਣ ਲੱਗ ਪੈਂਦੇ ਆ ਕਿ ਉਹਨੇ ਕੀ ਕੀਤਾ ਉਸ ਭੈਣ ਨੇ ਪਿੰਡ ਦੇ ਵਿੱਚੋਂ ਘਰਾਂ ਘਰਾਂ 'ਚ ਜਾ ਕੇ ਲੱਸੀ ਮੰਗਣੀ ਸ਼ੁਰੂ ਕੀਤੀ ਲੱਸੀ ਨੂੰ ਦੁਬਾਰਾ ਰਿੜ ਕੇ ਉਹਦੇ ਤੋਂ ਜਿਹੜਾ ਥੋੜ੍ਹਾ ਥੋੜ੍ਹਾ ਮੱਖਣ ਆਉਂਦਾ ਸੀ ਉਹਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਔਰ ਇਕੱਠਾ ਕਰ ਕਰਕੇ ਉਹ 1 ਕਿਲੋ ਘਿਓ ਬਣਾ ਕੇ 1 ਸਾਲ ਬਾਅਦ ਉਸ ਲੰਗਰ ਦੀ ਸੇਵਾ ਦੇ ਵਿੱਚ ਲੈ ਕੇ ਗਈ ਸੀ ਜਦੋਂ ਕਰਨ ਦਾ ਜਜ਼ਬਾ ਹੋਵੇ ਉਦੋਂ ਬਹਾਨਾ ਕੋਈ ਨਹੀਂ ਹੈ ਔਰ ਜਿਹੜੇ ਕਰਨਾ ਨਹੀਂ ਚਾਹੁੰਦੇ ਉਹਨਾਂ ਕੋਲ ਲੱਖਾਂ ਬਹਾਨੇ ਹੈ ਸੋ ਅੱਜ ਜੇ ਅਸੀਂ ਉਹਦੇ ਬੱਚੇ ਨੂੰ ਸੁਣਿਆ ਹੈ ਅਤੇ ਫਿਰ ਫੈਸਲਾ ਲਈਏ ਅਸੀਂ ਪ੍ਰਭੂ ਦੇ ਲਈ ਹੁਣ ਕੁਛ ਕਰਨਾ ਆ ਜੇ ਸਾਡਾ ਸੇਵਕ ਬਿਨਾਂ ਕਿਸੇ ਲਾਲਚ ਤੋਂ ਆਪਣਾ ਇੰਨਾ ਇੰਨਾ ਨੁਕਸਾਨ ਕਰਕੇ ਪ੍ਰਭੂ ਦੇ ਲਈ ਕਰਦਾ ਹੈ ਅਤੇ ਫਿਰ ਹੁਣ ਅਸੀਂ ਵੀ ਉਹ ਹੀ ਕੰਮ ਸ਼ੁਰੂ ਕਰਾਂਗੇ ਜੇ ਉਹ ਕਰ ਸਕਦਾ ਹੈ ਤਾਂ ਫਿਰ ਅਸੀਂ ਵੀ ਕਰਾਂਗੇ ਅਸੀਂ ਐਸਾ ਮਨ ਬਣਾ ਕੇ ਚੱਲਾਂਗੇ ਜਦੋਂ ਅਸੀਂ ਇੱਕ ਮਨ ਹੋ ਜਾਵਾਂਗੇ ਅਤੇ ਵਚਨ ਇਸ ਚੀਜ਼ ਦੀ ਗਵਾਹੀ ਦਿੰਦਾ ਹੈ
कि वह एक मन सके तो उन्होंने बुरज बनाने की ठाणी तो परमेश्वर ने गवाही दी कि हुण जो कुछ इन्हां दे मन विच है वह कर गुजरनगे। सो अगर बुराई दे लई एका करके वह सब कुछ कर सकते सीगे तो फिर असी अच्छाई दे लई सब कुछ करन दी कुदरत रखते। अज जे तुसी यहोवा अपने परमेश्वर की आवाज़ नूं सुनो तो अपने मन नूं सख्त ना करो। सो अज तो ठाणीए मैनू परमेश्वर ने जीवन दिता, मैं हुण परमेश्वर दे लई कुछ करांगा और इहदे विच असी कोई कंडीशन रख के नहीं चलांगे, बल्कि हर मन सच्चे दिलों ठाणे के मैं वध तो वध करांगा, मैं दूसरे नालों वध करांगा, तां कि जिहड़ा थोड़ा बहुत समा हुण प्रभु दे आउण तो पहलां साडे कोल बचिआ आ असी कुछ कर जाइए, असी मसीहत दे वास्ते कुछ कर गुजरीए, ऐसा फैसला लईए। हालेलुया, तेरा शुक्र हो, धन्यवाद करे बाप समानी, तेरा धन्यवाद करते हैं तेरी दया तेरी मुहब्बत दे वास्ते, तेरे अज दे वचनां लई तेरा धन्यवाद करते हैं खुदावंद। हर जिंदगी नूं तुसीं बख्शो कि हर जिंदगी एक दलेरी दे नाल तेरे कम्मां दे विच जुट जावे पिता जी, हर जिंदगी दे लई तुसीं कोई ना कोई काम रखिआ आ, हरेक जिंदगी दियां आत्मिक अखां नूं खोलो ताकि वह अपने हिस्से दे काम नूं पहचानदे होए इस सेवा दे काम दे विच साडे नाल मिल के वह काम नूं कर दिंदे। हर किस्म की बुराई इस कलीसिया तो दूर रहे पिता जी, और तेरे लोग एक मन होके तेरे विच जुट जाण पिता जी, साडी इस इल्तजान नूं सुनो कबूल करो मसीह यीशु दे नाम दे विच, आमीन। हुण साडे खुदा यीशु मसीह दा फजल खुदा बाप दी मुहब्बत पाक नूं दिसंग हुण तो लैके हमेशा तक उहदे तमाम लोकां दे नाल बनी रहे, आमीन। हालेलुया।